पट्टे आने दे अग कुड़िया दे सीने दिंदे ला ओ मुंडे पट्टे आले दे देरी अख दा जवाब नहीं ओ तेरी अख दा जवाब नहीं वेख लई सारी दुनिया तेरे वर्गा शबाब नहीं ओ तेरे वर्गा शबाब नहीं
उठ जा हुण, उठ वे जा। गुड मॉर्निंग दीदी। गुड मॉर्निंग, सुपने दी दुनिया तो बाहर आ जाओ। चलो त्यार हो जा, गुरुद्वारे जाना, मम्मी पापा तेरी वेट कर रहे ने। क्यों? क्यों, दो दिन बाद तेरा ब्याह है, भूल गए? चल चल छेती आ, समर छेती कर हुन। जो मांगे ठाकुर अपने दे, सोई सोई दे। नानक दास मुख ते जो बो सच हो। Surprise for you. Wow, it's so beautiful. At the reception, जो पड़ा है, बहुत सोना है। हाँ जी मम्मी आई। अच्छा अम्मी, मैं तेरे नाल बात चिगल कर दिया। तेरे को पता है ब्याह वाला कार है, बहुत सारे काम है। ठीक है। चल ठीक है। Bye. Bye. चल समर, हुन तू भी छेती आ जा। पापा बहुत गुस्से चने। एमी तू ही ना सेवा करा ली। मैं कर रहा हूँ बंद। Okay. समर वीर जी, डीजे आ गया। डीजे आ गया? हाँ जी वीर जी। ऑना मैं। अवनीत, कदी कोई आ रहा है, कदी कोई बुला रहा है, मैं तेरे आराम ना फ्री होके फोन करता। कोई गल नहीं समर, I understand. All right, bye, love you. Bye. ठीक है मम्मी जी, तुसी टेंशन ना लो। हाँ मैं करता है सब। होर दसो नवी बेटा, इन्हें सारे मेहमानों नू चाह पानी पूछ ली? हाँ हाँ पूछ लांगी। नहीं थल्ले भी आए बैठे है, उन्हें दा भी ख्याल रखी जरा। नहीं नहीं डोंट वरी, कोई प्रॉब्लम नहीं। बस तेरी जिम्मेदारी है। समर अपना फोन दे एक मिनट, मैं जलंधर पुआ जी नू कॉल करनी है। किसी बच्चे नू ना फड़ा दियो, उन्होंने गेमा खेड़ खेड़ के बैटरी खत्म कर देनी है। प्लीज नवी, तू अजी अपने पुआ जी नू फोन नहीं किया है? ਉਹ ਛੇਤੀ ਕਰਦੇ, ਉਹਨਾਂ ਨੇ ਉੱਥੋਂ ਚੱਲ ਪੈਣਾ, ਨਾਲੇ ਉੱਥੋਂ ਕੱਪੜੇ ਵੀ ਲੈ ਕੇ ਆਉਣੇ ਆ। ਬਸ ਮੰਮੀ ਕਰਨ ਲੱਗੀ ਆ, ਮੇਰੇ ਫੋਨ ਦੀ ਬੈਟਰੀ ਮੁੱਕ ਗਈ ਤੇ ਰੋਲੇ ਕੋਲੇ ਤੇ ਚਾਰਜਰ ਵੀ ਨਹੀਂ ਲੱਭਦਾ ਪਿਆ। ਉਹ ਤੁਸੀਂ ਕਦੇ ਕੋਈ ਕੰਮ ਟੈਂਕ ਸਿਰ ਕਰਦੇ ਨਹੀਂ ਹੈਗੇ ਤੁਸੀਂ? ਡੈਕੋਰੇਸ਼ਨ, ਕੈਟਰਿੰਗ, ਇਹ ਸਾਰੇ ਤਾਂ ਹੋ ਗਏ ਮੈਡਮ, ਠੀਕ ਹੈ। ਹਾਂ ਬਈ, ਉਹ ਟੈਂਟ ਹਾਊਸ ਵਾਲੇ ਨਾਲ ਗੱਲ ਹੋ ਗਈ ਜੀ, ਤੇ ਬਾਕੀ ਦੀਆਂ ਜਿਹੜੀਆਂ ਰਹਿੰਦੀਆਂ ਕੁਰਸੀਆਂ ਨੇ ਨਾ, ਉਹ ਦੂਸਰੇ ਟੈਂਟ ਹਾਊਸ ਤੋਂ ਆ ਰਹੀਆਂ ਨੇ, ਉਹ ਤੁਸੀਂ ਵੇਖ ਲੈਣਾ, ਧਿਆਨ ਰੱਖਣਾ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਓਹੋ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲੈ ਬਈ, ਜਿਨ੍ਹਾਂ ਨੂੰ ਤੂੰ ਸਵੇਰ ਦੀ ਉਡੀਕ ਰਹੀ ਆ ਨਾ, ਆ ਪਹੁੰਚ ਗਏ ਨਾ। ਤੁਹਾਨੂੰ ਕੈਨੇਡਾ ਜਾ ਕੇ ਮਾਂ ਦੀ ਯਾਦ ਨਹੀਂ ਆਈ? ਯਾਦ ਤੇ ਆਉਂਦੀ ਸੀ ਆਂਟੀ ਜੀ, ਬਟ ਉੱਥੇ ਰਹਿ ਕੇ ਕੰਮ ਕਰਦੇ ਵਿੱਚ ਕਿਵੇਂ ਟਾਈਮ ਲੰਘ ਗਿਆ, ਕਿਵੇਂ ਦਿਨ ਲੰਘ ਗਏ, ਪਤਾ ਹੀ ਨਹੀਂ ਚੱਲਿਆ। ਕੀ ਗੱਲ ਬਈ, ਕੰਮਾਂ ਕਾਰਾਂ ਦੇ ਰੁਝੇਵੇਂ ਬਹੁਤ ਹੁੰਦੇ ਨੇ ਉੱਥੇ। ਬਸ ਪੁੱਛੋ ਨਾ ਜੀ,
कनेडा की जिंदगी बिल्कुल बस कंडक्टर वर्गी आ। सफर तो रोज का जी, पर मंजिल कोई भी नहीं। मिल जाएगी मंजिल, चिंता ना करो। हाँ जी बिल्कुल। कित्थे है जी लाड़ा? ਬਈ ਲਾੜਾ ਉਹ ਇੱਥੇ ਕਿਤੇ ਵਿਆਹ ਦੇ ਕੰਮਾਂ 'ਚ ਰੁੱਝਿਆ ਹੋਣਾ, ਤੁਸੀਂ ਜਾ ਕੇ ਲੱਭੋ ਉਹਨੂੰ, ਉਹ ਵੀ ਇੰਤਜ਼ਾਰ ਕਰ ਰਿਹਾ ਤੁਹਾਡੀ। ਚੱਲ ਚੱਲ ਹਾਂ, ਜਾਓ ਜਾਓ, ਨਿੱਕੀ ਜਾਂਦਾ ਸਵੇਰ ਦਾ। ਓਏ ਹਾਂ, ਉਹ ਸੁਨਿਆਰੇ ਦਾ ਸਮਾਨ ਆ ਗਿਆ। ਓਹੋ, ਉਹ ਤਾਂ ਮੈਂ ਭੁੱਲ ਹੀ ਗਈ ਸੱਚ। ਓਹੋ, ਤਾਂ ਫਿਰ ਪਤਾ ਕਰਨਾ ਸੀ ਮੈਡਮ, ਕੀ ਕਰਦੇ ਹੋ? ਆਓ ਚੱਲੀਏ, ਚੱਲ ਕੇ ਪਤਾ ਕਰਦੇ ਆ। ਆਓ ਆਓ ਆਓ। ਹੁਣ ਬਣੀ ਗੱਲ, ਆਹ ਬਹੁਤ ਵਧੀਆ। ਤਾਂ ਹੀ ਤਾਂ ਲਿਆ ਬਈ, ਕੁੜੀ ਗੋਰੀ ਚਿੱਟੀ ਹੈ, ਉਹ ਤੇ ਫੱਬਣਾ ਵੀ ਬਹੁਤ ਹੈ। ਚਲੋ ਚੰਗਾ ਹੈ ਭਾਬੀ, ਰੋਜ਼ ਰੋਜ਼ ਥੋੜੀ ਬਣਦੀ ਹੈ ਇਹ ਜੀ ਚੀਜ਼। ਹਾਂ ਦੀਦੀ, ਦੀਦੀ ਸਮਰ ਵੀਰਾ ਫੋਨ ਮੰਗਦਾ ਹੈ। ਰਾਜੇ ਨੂੰ ਕਹਦੇ ਮੈਂ ਫੋਨ ਨਾ ਉਹਦੇ ਕਮਰੇ ਦੇ ਡਰਾਅਰ ਦੇ ਵਿੱਚ ਰੱਖਿਆ ਦੇ, ਠੀਕ ਹੈ? ਇਹ ਵੀ ਸੋਹਣਾ ਹੈ। ਵੈਸੇ ਭੂਆ ਜੀ, ਅਵਨੀ ਦੀ ਰਿਸੈਪਸ਼ਨ ਵਾਲੀ ਸਾੜੀ ਦੇ ਨਾਲ ਇਹ ਸੈੱਟ ਬਹੁਤ ਵਧੀਆ ਲੱਗੂਗਾ। ਹਾਂ ਹਾਂ, ਇਹ ਤਾਂ ਹੈ, ਹੈ ਨਾ? ਬਿਲਕੁਲ थोड़े दिन बाद तेरा व्याह है काके, देखी कितने लत लुत ना तड़वा ली। कोई ना वीर, तेरा टूटी लत लावा। मजा आ गया। ठंड पै गई वीरे। ਹੋਰ ਗੋਲਡੀ, ਕਿਵੇਂ ਕੈਨੇਡਾ? ਐਸ਼ਾ ਹੋ ਰਹੀ ਹੈ ਕਿ ਨਹੀਂ? ਓਏ ਐਸ਼ਾ ਤੇ ਗਰੇਵਾਲ ਸਾਹਿਬ ਤੁਹਾਡੀਆਂ ਨੇ। ਓਏ ਕਸੋਲੀ ਸਹੁਰੇ ਰਹਿੰਦੇ ਨੇ ਜਨਾਬ ਦੇ, ਤੇ ਬਾਈ ਤੁਸੀਂ ਜਵਾਈ ਬਣ ਗਏ ਕਰਨਲ ਸਾਹਿਬ ਦੇ, ਤੇ ਸਲੂਟਾਂ ਤੁਹਾਨੂੰ ਪੈਣੀਆਂ ਸਰ ਜੀ। ਚਲੋ ਆਓ, ਉੱਪਰ ਚੱਲਦੇ, ਉੱਪਰ ਚੱਲਦੇ। ਚਲੋ ਆਓ। ਓਏ ਤੇਰੀ ਡੇਟ ਕਿਵੇਂ ਰਹੀ? ਕੁਛ ਨਾ, ਕੰਮ ਸਿਰੇ ਲਾਤਾ ਹੈ। ਇੰਨੀ ਸੋਹਣੀ ਕੁੜੀ, ਇੰਨੀ ਸੋਹਣੀ ਕੁੜੀ, ਬਾਈ ਗੋਡ, ਨਾਲੇ ਚਿੰਦ ਵਾਰਦੀ ਤੇਰੇ ਵੀਰ ਤੇ। ਮੈਨੂੰ ਪੁੱਛ, ਉਹ ਬਾਈ ਸਿਰਾ ਕਮਾਲ ਸੀ ਯਾਰ, ਕੁੜੀ ਕੈਂਟ ਸੀ। ਇਹਨੂੰ ਨਾਲ ਲੱਗ ਗਿਆ ਸੀ ਡੇਟ ਤੇ, ਭੁੱਲ ਗਿਆ ਪੁਰਾਣੇ ਦਿਨ? ਪੂਰਾ ਗੱਦਾਰ ਹੈ ਕੁੜੀਆਂ ਦੇ ਮਾਮਲੇ 'ਚ। ਹੋਰ ਪਾਜੀ, ਕਿਵੇਂ ਚੱਲਦਾ ਫਿਰ ਕੰਮ ਕਾਜ? ਕਿੱਥੇ ਹੋ ਅੱਜ ਕੱਲ? ਖੰਨੇ ਹੁੰਦੇ ਆ ਯਾਰ, ਹੋਰ ਕਿੱਥੇ ਯਾਰਾਂ ਨੇ, ਟੋਰਾਂਟੋ ਹੋਣਾ। ਗੱਲ ਦੱਸੋ ਯਾਰੋ, ਤੁਸੀਂ ਕੈਨੇਡਾ ਲਾਏ ਨੇ ਸਾਲ, ਪਰ ਤੁਹਾਡੀ ਹਵਾ ਤੇ ਬੋਲ ਬਾਣੀ ਪਟਿਆਲੇ ਵਾਲੀ ਓ ਹੈ। ਤੁਹਾਨੂੰ ਲੱਗਦਾ ਕੈਨੇਡਾ ਦੀ ਹਵਾ ਨਹੀਂ ਲੱਗੀ? ਓਏ ਕੈਨੇਡਾ ਦੀ ਹਵਾ ਸਾਨੂੰ ਨਹੀਂ ਲੱਗੀ, ਪਰ ਅਸੀਂ ਜ਼ਰੂਰ ਕੈਨੇਡਾ ਦੀ ਹਵਾ ਨੂੰ ਲੱਗ ਗਏ ਆ ਪਾਜੀ। ਵਧੀਆ ਬਾਈ। ਓ ਸਮਰ ਵੀਰੇ, ਹਾਂ ਭਰਜਾਈ ਦੀ ਫੋਟੋ ਤਾਂ ਦਿਖਾ ਯਾਰ, ਕੱਢ। ਹਾਂ ਬਈ, ਭਰਜਾਈ ਦੀ ਫੋਟੋ? ਯਾਰ ਮੇਰਾ ਮੋਬਾਈਲ ਥੱਲੇ ਪਿਆ, ਮੈਂ ਤੁਹਾਨੂੰ ਦਿਖਾਣਾ। ਕੋਈ ਨਾ ਕੋਈ ਨਾ ਯਾਰ, ਨਾਲੇ ਤੂੰ ਫੇਸਬੁੱਕ ਤੇ ਵੀ ਕੋਈ ਫੋਟੋ ਨਹੀਂ ਲਾਈ ਆ। ਓ ਯਾਰ, ਫੇਸਬੁੱਕ ਦਾ ਕਰੇਜ਼ ਤੁਹਾਡੇ ਵਰਗੇ ਸਿੰਗਲ ਬੰਦਿਆਂ ਨੂੰ ਹੁੰਦਾ ਹੈ। ਅੱਛਾ, ਕਮਿਟਡ ਹੋ ਗਏ ਫੇਸਬੁੱਕ 'ਚ, ਇੰਟਰਸਟ ਨਹੀਂ ਰਹਿੰਦਾ। ਨਾਲੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਲੌਗਇਨ ਹੀ ਕੀਤਾ ਫੇਸਬੁੱਕ ਤੇ। ਨਾਲੇ ਯਾਰ ਇੱਕ ਗੱਲ ਦੱਸ। ਹਾਂ, ਤੂੰ ਯਾਰ ਫੌਜੀ ਦੀ ਕੁੜੀ ਸੀਨ ਬਣਾਇਆ ਕਿਵੇਂ ਯਾਰ? ਓ ਮੁੰਡਿਓ, ਦੱਸਦੇ ਆ। ਓ ਫੇਰ ਕੀ ਹੋਇਆ ਚਾਚਾ ਜੀ? ਉਹ ਹੋਣਾ ਕੀ ਸੀ ਹੈ? ਭੱਜ ਗਏ ਸਾਰੇ, ਨਹੀਂ ਤੇ ਟੰਗਾ ਨਾ ਪੰਨ ਦਿੰਦਾ ਉਹਨਾਂ ਦੀਆਂ। ਚਾਚਾ ਕਹਿ ਗਿਆ। ਓ ਇੱਕ ਗੱਲ ਦੱਸਾਂ ਮੈਂ ਤੁਹਾਨੂੰ, ਅਸੀਂ ਜੋ ਵੀ ਕੰਮ ਕਰਦੇ ਸੀ ਨਾ, ਠੋਕ ਕੇ ਕਰਦੇ ਸੀਗੇ। ਤੁਹਾਡੀ ਵਰਗਾ ਠੰਡੀ ਆਸ਼ਕੀ ਨਹੀਂ ਮਾਰਾ ਕਰਦੇ ਸੀਗੇ। ਓ ਲੈ, ਓ ਨਹੀਂ ਚਾਚਾ ਜੀ, ਉਹ ਪੂਰਾ ਖਾ ਤੁਹਾਡਾ। ਅੱਛਾ ਭਤੀਜ, ਮਗਰ ਆਪਣੇ ਇਸ ਸੰਬੰਧ ਨੂੰ ਤੇ ਸਮਝਾ, ਇਹਦਾ ਵਿਆਹ ਹੋਣ ਵਾਲਾ ਹੈ। ਚਾਚਾ ਜੀ, ਕੁੜੀਆਂ ਦੀ ਫੋਟੋਆਂ ਖਿੱਚਣਾ ਬੰਦ ਕਰੇ। ਕਿਹੜੀ ਕੁੜੀਆਂ? ਫੋਟੋਆਂ? ਚਾਚਾ ਜੀ, ਇਹ ਕਿਹਦੀਆਂ ਫੋਟੋਆਂ ਖਿੱਚਦਾ ਰਿਹਾ ਬਾਈ? ਓਏ ਖੋਤਿਆ, ਮੈਨੂੰ ਕੀ ਪੁੱਛਦਾ? ਇਹਨੂੰ ਪੁੱਛ, ਇਹਨੂੰ ਦੱਸ। ਯਾਰ ਕੁਛ ਵੀ ਨਹੀਂ, ਮਹੀਨਾ ਕੁ ਪਹਿਲੇ ਮੈਂ ਚਾਚਾ ਜੀ ਦੇ ਆਫਿਸ ਗਿਆ ਸੀਗਾ। 12 ਵਜ ਗਏ ਸੀਗੇ, ਮੈਂ ਫੇਰ ਵੀ ਕੁਛ ਨਹੀਂ ਕੀਤਾ। ਹੈਲੋ ਸਰ। ਹੈਲੋ ਪੂਜਾ, ਕਮ ਪਲੀਜ਼, ਕਮ ਸਿਟ ਡਾਊਨ। ਥੈਂਕ ਯੂ। ਕਮ ਫਾਲੋ ਮੀ। ਇਹ ਮੇਰਾ ਭਤੀਜਾ ਹੈ ਸਮਰ। ਕਮ ਫਾਲੋ ਮੀ। ਹਾਈ ਹਾਈ ਸਮਰ। ਤੇ ਸਮਰ, ਇਹ ਪੂਜਾ ਹੈਗੀ ਹੈ। ਮੈਂ ਇਹਨੂੰ ਕਹਿ ਰਿਹਾ ਸੀ, ਵੇਖੋ ਇੱਕ ਮਿੰਟ। ਹਾਂ ਭੂਸ਼ਣ ਜੀ, ਸੌਰੀ ਹੈ ਜੀ, ਸੌਰੀ ਹੈ। ਆਪ ਕਿਆ ਚੰਡੀਗੜ੍ਹ ਮੇਂ ਹੀ ਰਹਤੇ ਹੈ? ਨਹੀਂ ਜੀ, ਆਈ ਐਮ ਫਰਮ ਪਟਿਆਲਾ। ਪਟਿਆਲਾ,
वहाँ मेरी आंटी रहती है, निम्मी आंटी। वाओ, आपके पास आईफोन है? इसके कैमरा के रिजल्ट्स बहुत अच्छे हैं, है ना? प्लीज मेरी एक फोटो खींचो ना समर। हासे हासे च दो तीन फोटो खिंचतियां ते अपने चाचा ही लगा मैं उते लट्टू आ। चाचा जी भी ए समझदा, चाचा ते समझदा ही नहीं है, लल्लू है। वेरी नॉटी बॉय बट आई लव यू। चाचा जी आई लव यू टू। ते चुको मुकाओ। चीयर्स 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 चीयर्स। रह गया हुन एक होर बनाओ। एक होर चाचा जी? पिटी की है, अद्धी बोतल पई है ते यार। चाचा जी जेड़ियां तुसी पहले खाली करके रखतियां ओ केड़े हिसाब से ने दसो दसो। सवेरे कवाड़ी नू भेज देवांगे। ओके चाचा जी, सवेरे कवाड़ी नू भेज देंगे। सवेरे सवेरे कवाड़ी नू भेज देंगे। साडा की है सोइए चल के। चलो उठो। चल भाई खड़ा हो जा। चलो 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 शाम के सोना चोरी बेचनिया सवेरे बेच दे वागे सवेरे। कंजरो बस करो। मोबाइल कितने मेरा? समर। हाँ जी सोने हो, आ गई याद मेरी। फुर्सत है तो अनु नहीं मिलती। मैं तो स्वेद दी तो अपने फोन दा वेट कर रही हूँ। इतना दी कोई गल नहीं है। मेरे यार फ्रेंड्स आए ने कई साल बाद, सारा दिन उड़ा नाली लग कर रहा। ओहो, फ्रेंड्स ने मेरे समर नू इतना बिजी कर दिता कि वो मैंने कॉल भी नहीं कर सकिया। तेनू एक गल दसा, मैं तेनू आज बहुत मिस किया। आज सवेर तक तेनू मिलन का बहुत जी करता पे है। फिर अपने जी नू आखो थोड़ा सब्र करे। एक गल दस अवनीत। पूछो। चांदनी रात होवे ते मिठी मिठी ठंड होवे ते सारा पटियाला सो चुका होवे ते मैं कल्ला जाग रहा हुआ ते जे फिर भी मैं तेनू याद ना करा ते तू दस मैं कदा आशक। समर, how romantic. I love you, sweetheart. की क्या? जरा ऊंची बोलना। I love you, Abneet, I love you. और सो जा कजरा। उइ, जा करावा तेरा I love you तो। डैडी डैडी। समर, you're so funny. तेनू बहुत हास्सा आ रहा है? समर, I love you. You know what? And I'm missing you so much right now. हाय रब्बा, फिर हुन की करिए? मैं आवा उत्थे? ते आ जाओ फिर, रोकिया के ने? वेख ले, मैं आ भी जाना है। सोच लो जनाब। तोड़े वटना लग गया है। तोनू किसी ने करो, बार भी नहीं निकलन देना। ऐवें किवें नहीं जान देना? जट्ट नू रोक सकदा है कोई?
तू बुलाने वाली तो बन। अच्छा बुलाता रही हूं, आ जाओ। चल ठीक है, मैं 2.5-3 घंटे तेरे घर दे बाहर खड़ा होवांगा ते मेरे दोनों फ्रेंड्स मेरे नाल होंगे। समर आर यू सीरियसली कमिंग? यार मैं होर मजाक थोड़ा ही कर रहा हूं। नो 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 प्लीज डोंट कम, आर यू मैड और व्हाट? तू एक चीज डिसाइड कर ले, मैं आवा कि ना। नहीं ऑफ कोर्स नॉट, मैं एक्चुअली कैन यू कम टुमारो इवनिंग? जद भी मेरी सरकार हुक्म करेगी ए बंदा हाजिर हो जाऊगा। मेरी हर सांस तेरी गुलाम है सोनिए। अच्छा जी। हां जी ए समरजीत सिंह गरेवाल तेरा कदे हुक्म नहीं टाल सकता। ओके डन, एक काम करो तुसी अपने फ्रेंड्स नु भी नाल ले आओ एंड वी विल ऑर्गेनाइज अ गुड पार्टी इन योर ऑनर, रियली गुड वन। All right, done. पर समर पक्का दसो तुसी आ रहे हो ना, क्योंकि फिर मैं हुने अपने सारे फ्रेंड्स नु इनविटेशन टेक्स्ट कर देने। ओ हाँ मेरी मोरनिए, असी कल शामी कसौली पक्का आ रहे हैं। यस ओके ओके देन विल सी यू टुमारो कसौली क्लब। बाय। फाइनल बाय लव। आई लव यू। क्या बोल रहा था तेरा समर? यार उन्हें मेरी गल मान ली। He is coming. Yes. Oh really? Yes. He's coming? Yes. अंकल आंटी को कौन बनाएगा पार्टी के लिए? ओ दी तू फिकर ना कर, मेरी हीरी है, मेरी मोरनी है। He is coming. अवनीत बेटा। जी मैम। तुहाडे पापा तुहाडे नाल एक गल करना चाहुंदे ने। कौन मैं? हाँ हाँ ओ बेटा गल कुछ इस तरह सी के। दसो ना पापा। बेटा थोड़े मम्मी कह रहे सी के हाँ मेरा मतलब है साढ़े दोनों का यह ख्याल है कि हुण ब्याह दे विच थोड़े दिन रह गए ने ते इस तरह घूमना फिरना पार्टी करना कुछ चंगा नहीं लगता। लेकिन पापा हाउ कैन यू से दैट, तुसी सवेरे तो हाँ कीती सी ना। यस पापा यू सेड यस। हाँ अवनीत बेटा ये साडे कल्चर विच नहीं है, जिस कुड़ी दा व्याह होण वाला होवे ओ इस तरह घूमदे फिरदी नहीं है। पर मम मेरी गल तो सुन लो। ए भी गल ठीक है पर मामा साडे इक पार्टी करन नाल पूरा कल्चर थोड़ी खराब हो जाना है। हाँ अंकल वैसे इतना फर्क थोड़ी पड़ता है। चल रहन दे की फर्क पैंदा है। कमाल है फर्क क्यों नहीं पैंदा, तुसी ओनू रोकण दी बजाय ओनू शह दे रहे हो। हरप्रीत कल ओदा ब्याह हो जाना है फिर ओनू किथे पार्टी पूर्टी करन दा मौका मिलना है, बच्चे ने एंजॉय कर लेन दे। एक ही बचपन है, घट तो घट समर नू तो ना बुलावे, ओ बेचारा किस तरह पटियाला तो कसौली आवेगा। ओ अजकल दे मुंडे खुंडिया नू एने जे सफर दा कोई फर्क नहीं पैंदा। हाँ मामा ट्रस्ट मी कोई प्रॉब्लम नहीं है, ब्याह च अजे थोड़े दिन पए ने, साड़ी पार्टी नाल ब्याह विच कोई रुकावट नहीं आएगी, जस्ट रिलैक्स मामा। ओ चल कोई नहीं, तू क्यों एवें अपना ब्लड प्रेशर वधाई जानी है, ओ कोई कुड़ियां गुनाह करन थोड़ा चलिया है। जाओ बेटा तुसी अपनी पार्टी करो, गो अहेड, वी हैव नो इश्यूज विद इट। थैंक यू सो मच पापा। थैंक यू अंकल। समर समर उड़ जा यार, फोन बज गया यार। यार उड़ जा पया यार। हां समर तुसी हजे तक सो रहे हो? इट्स ऑलरेडी 11:30, इस तरह तो तुसी लेट हो जाना है। कादे ले लेट हो जाना अवनीत? पार्टी ले होर किस ले? हैं केड़ी पार्टी यार? समर व्हाट आर यू टॉकिंग अबाउट? तुसी राती मेनू प्रॉमिस कीता सी, इसलिए तो सी सब कुछ ऑर्गेनाइज कीता है। अवनीत यार मैं तेनु कदो प्रॉमिस कीता है ते तेरी मेरी ते गल भी नहीं हुई किसी पार्टी बारे। हाउ कैन यू से दैट? समर तुसी मेनू राती प्रॉमिस कीता है, तोडे कहन ते मैं पार्टी ऑर्गेनाइज कीती है, सारे फ्रेंड्स नु इनवाइट कीता है। हुन जे तुसी ना आए ते यू कांट इवन इमेजिन कि मेरी किन्नी इंसल्ट हो जानी है फ्रेंड्स दे विच। अवनीत कम ऑन यार दैट्स नॉट पॉसिबल, मेनू मेरे पेरेंट्स ने घर तो बाहर एक कदम भी नहीं रखन देना। यार एक रिवाज होता है वटना लगन तो बाद जब तक व्याह ना हो जाए तुसी घर तो बाहर नहीं जा सकते। फिर तुसी
ਮੈਨੂੰ ਰਾਤੀ ਕਹਿ ਦੇਣਾ ਸੀ ਨਾ ਆਨ ਦਾ ਪ੍ਰੋਮਿਸ ਕਿਉਂ ਕੀਤਾ ਯਾ ਐਟ ਲੀਸਟ ਅਰਲੀ ਮਾਰਨਿੰਗ ਫੋਨ ਕਰਕੇ ਬੋਲ ਦਿੰਦੇ ਮੈਂ ਕਿਸੇ ਨੂੰ ਇਨਵਾਈਟ ਹੀ ਨਾ ਕਰਦੀ ਕੈਨਸਲ ਕਰ ਦਿੰਦੀ ਨਾਓ ਯੂ ਹੈਵ ਟੂ ਕਮ ਸਮਰ ਯੂ ਹੈਵ ਟੂ ਅਵਨੀਤ ਯਾਰ ਮੈਂ ਰਾਤੀ ਬਹੁਤ ਪੀਤੀ ਹੋਈ ਸੀ ਮੈਨੂੰ ਖੁਦ ਯਾਦ ਨਹੀਂ ਮੈਂ ਤੇਰਾ ਕੀ ਗੱਲਾਂ ਕਰਦਾ ਰਿਹਾ ਆਮ ਸੋ ਸੌਰੀ ਸਵੀਟ ਹਾਰਟ ਬਟ ਮੇਰਾ ਕਸੌਲੀ ਆਣਾ ਪੋਸੀਬਲ ਨਹੀਂ ਹੈ ਤੂੰ ਪਲੀਜ਼ ਆਪਣੇ ਫਰੈਂਡਸ ਨੂੰ ਫੋਨ ਕਰਕੇ ਕਹਿ ਦੇ ਕਿ ਪਾਰਟੀ ਕੈਨਸਲ ਹੋ ਗਈ ਹੈ ਪਲੀਜ਼ ਯਾਰ ਅੰਡਰਸਟੈਂਡ ਨਾ ਅਵਨੀਤ ਨਹੀਂ ਸਮਰ ਮੈਂ ਕਿਸੇ ਨੂੰ ਫੋਨ ਕਰਕੇ ਪਾਰਟੀ ਕੈਨਸਲ ਨਹੀਂ ਕਰਨੀ ਨਾਓ ਇਫ ਯੂ ਲਵ ਮੀ ਯੂ ਹੈਵ ਟੂ ਕਮ ਐਂਡ ਯੂ ਵਿਲ ਕਮ ਆਫ ਕੋਰਸ ਆਈ ਲਵ ਯੂ ਅਵਨੀਤ 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 ਹੈਲੋ ਓ ਯਾਰ ਮੇਰੇ ਫੋਨ ਦੀ ਬੈਟਰੀ ਲੋ ਗਈ ਹੈ ਓ ਯਾਰ ਓ ਮੇਰੀ ਤਾਂ ਬੈਟਰੀ ਲੋ ਹੋਈ ਪਈ ਹੈ ਯਾਰ ਰਾਤੀ ਜ਼ਿਆਦਾ ਹੋ ਗਈ ਸੀ ਕੀ ਹੋਇਆ ਰਾਤੀ ਮੈਂ ਸ਼ਰਾਬ ਪੀ ਕੇ ਜ਼ਿਆਦਾ ਹੀ ਸ਼ੇਰ ਬਣ ਗਿਆ ਸੀ ਯਾਰ ਮੇਰੇ ਫੋਨ ਦਾ ਚਾਰਜਰ ਕਿੱਥੇ ਕਿੱਥੇ ਹੈ ਯਾਰ ਚਾਰਜਰ ਖਾ ਲੈ ਹਾਂਜੀ ਸਮਰ ਦੀਦੀ ਤੁਸੀਂ ਮੇਰੇ ਫੋਨ ਦਾ ਚਾਰਜਰ ਦੇਖਿਆ ਤੈਨੂੰ ਚਾਰਜਰ ਦੀ ਜ਼ਰੂਰਤ ਹੈ ਹਲੇ ਤੂੰ ਰਾਤ ਤੇ ਓਵਰਚਾਰਜ ਹੋਇਆ ਫਿਰਦਾ ਸੀ ਦੀਦੀ ਰਾਤੀ ਜ਼ਿਆਦਾ ਖਾ ਪੈ ਗਈ ਸੀ ਕੋਈ ਕੁਝ ਕਹਿੰਦਾ ਸੀ ਪਾਪਾ ਨੇ ਤਾਂ ਕੁਝ ਨਹੀਂ ਕਿਹਾ ਨਾ ਨਹੀਂ ਮੈਨੂੰ ਮਿਲੇ ਨਹੀਂ ਸਵੇਰ ਦੇ ਹਲੇ ਚਲ ਮੈਂ ਦੇਖਦੀ ਹਾਂ ਜੇ ਚਾਰਜਰ ਮਿਲਿਆ ਜੀ ਕਿਤੇ ਪਲੀਜ਼ ਦੇਖ ਲਓ ਯਾਰ ਅਗਰ ਕਿਤੇ ਮਿਲਦਾ ਚਲ ਓਕੇ ਹੋਰ ਯਾਰ ਮੇਰਾ ਸਿਰ ਬਹੁਤ ਦੁਖਣ ਡਿਆ ਮੇਰਾ ਵੀ ਬਹੁਤ ਸਿਰ ਦੁਖ ਰਿਹਾ ਯਾਰ ਯਾਰ ਰਾਤੀ ਮੈਂ ਅਵਨੀਤ ਨਾਲ ਕੀ ਗੱਲਾਂ ਕਰਦਾ ਰਿਹਾ ਪਲੀਜ਼ ਅਵਨੀਤ ਨਾਲ ਪਤਾ ਨਹੀਂ ਯਾਰ ਤੂੰ ਫੋਨ ਲੈ ਕੇ ਬਾਹਰ ਚਲਾ ਗਿਆ ਸੀ ਫਿਰ ਯਾਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਈ ਲਵ ਯੂ ਦੀ ਉੱਚੀ ਉੱਚੀ ਆਵਾਜ਼ ਆਉਣ ਲੱਗ ਪਈਆਂ ਯਾਰ ਮੇਰੀ ਤਾਂ ਨੀਂਦ ਖੁੱਲ ਗਈ ਫਿਰ ਯਾਰ ਇੱਕ ਭਾਰੀ ਜਿਹੀ ਆਵਾਜ਼ ਆਈ ਸੌ ਜਾ ਕੰਜਰਾ ਤੇ ਮੈਂ ਤਾਂ ਸੋ ਗਿਆ ਯਾਰ ਫਿਰ ਯਾਰ ਅੱਧੀ ਕੁ ਰਾਤ ਤੂੰ ਆਇਆ ਤੂੰ ਕਹਿਣ ਲੱਗਾ ਕਸੌਲੀ ਜਾਣਾ ਕਸੌਲੀ ਜਾਣਾ ਕੀ ਪੰਗਾ ਹੈ ਯਾਰ ਸਵੇਰੇ ਸਵੇਰੇ ਰਾਤੀ ਮੈਂ ਖਾਧੀ ਪੀਤੀ ਚ ਅਵਨੀਤ ਨੂੰ ਅੱਜ ਸ਼ਾਮੀ ਕਸੌਲੀ ਪਹੁੰਚਣ ਦਾ ਵਾਅਦਾ ਕਰ ਬੈਠਾ ਕਸੌਲੀ ਕੀ ਪੰਗਾ ਯਾਰ ਕਸੌਲੀ ਦਾ ਆਪਾਂ ਹੁਣ ਨਾ ਲੈਂਦੇ ਹਾਂ ਚਲੋ ਤੁਸੀਂ ਪਹਿਲੇ ਨਾ ਲਓ ਮੈਂ ਦੋ ਮਿੰਟ ਸੋ ਲੈਣਾ ਹੈ ਬਿਲਕੁਲ ਨਹੀਂ ਹੋਏ ਚੱਲ ਸੋਣ ਦੇ ਕੌਣ ਆ ਸਮਰ ਤੇਰਾ ਫੋਨ ਵੱਜੀ ਜਾਂਦਾ ਯਾਰ ਸੁਣ ਲੈ ਯਾਰ ਕੌਣ ਹੈ ਹੈਲੋ ਹਾਏ ਸਮਰ ਦਿਸ ਇਜ਼ ਪ੍ਰਿਯੰਕਾ ਮੈਂ ਜੀ ਸਮਰ ਦਾ ਫਰੈਂਡ ਲੱਕੀ ਗੱਲ ਕਰ ਰਿਹਾ ਸਮਰ ਤਾਂ ਜੀ ਬਾਥਰੂਮ ਚ ਹੈਗਾ ਹਿਲ ਕਾਲ ਯੂ ਲੇਟਰ ਯਾ ਓਕੇ ਮਿਸਟਰ ਲੱਕੀ ਆਪ ਉਹਨੇ ਮੇਰਾ ਇੱਕ ਮੈਸੇਜ ਦੇ ਦੇਣਾ ਉਨਕੋ ਬੋਲਨਾ ਕਿ ਆਜ ਉਹਨੇ ਜੋ ਕੀਆ ਹੈ ਨਾ ਉਨਕੀ ਇਸ ਹਰਕਤ ਸੇ ਹਮ ਬਹੁਤ ਜ਼ਿਆਦਾ ਡਿਸਅਪੁਆਇੰਟ ਹੋਏ ਹੈ ਯੂ ਨੋ ਵਾਟ ਮਿਸਟਰ ਲੱਕੀ ਮੁਝੇ ਹਮੇਸ਼ਾ ਐਸਾ ਲੱਗਤਾ ਥਾ ਕਿ ਪੰਜਾਬੀ ਲੜਕੇ ਬੜੇ ਕੂਲ ਕਿਸਮ ਕੇ ਹੋਤੇ ਹੈ ਆਈ ਮੀਨ ਆਪਣੀ ਜ਼ੁਬਾਨ ਕੇ ਇਕਦਮ ਪੱਕੇ ਇਕਦਮ ਹਾਈ ਕੈਰੇਕਟਰ ਵਾਲੇ ਲੇਕਿਨ ਆਜ ਮੁਝੇ ਪਤਾ ਚਲਾ ਕਿ ਮੈਂ ਕਿਤਨਾ ਗਲਤ ਸੋਚਤੀ ਥੀ ਆਈ ਮੀਨ ਪੰਜਾਬੀ ਲੋਕ ਤੋ ਬਹੁਤ ਹੀ ਫੇਕ ਕਿਸਮ ਕੇ ਹੋਤੇ ਹੈ ਯਾਰ ਐਕਸਕਿਊਜ਼ ਮੀ ਐਸਾ ਬਿਲਕੁਲ ਨਹੀਂ ਹੈ ਓ ਰੀਅਲੀ ਹਾਂ ਐਸਾ ਬਿਲਕੁਲ ਨਹੀਂ ਹੈ ਓਕੇ ਮਿਸਟਰ ਲੱਕੀ ਅਗਰ ਐਸਾ ਨਹੀਂ ਹੈ ਨਾ ਤੋ ਆਜ ਸ਼ਾਮ ਕੋ ਆਪਣੇ ਫਰੈਂਡਸ ਕੋ ਲੈ ਕੇ ਕਸੌਲੀ ਕਲੱਬ ਪਹੁੰਚ ਜਾਣਾ ਹਮਨੇ ਤੋ ਆਪਣੇ ਫਰੈਂਡਸ ਕੋ ਇਨਵਾਈਟ ਕਰ ਲਿਆ ਹੈ ਪਾਰਟੀ ਤੋ ਹੋ ਕੇ ਰਹੇਗੀ ਵਿਦ ਯੂ ਔਰ ਵਿਦਆਊਟ ਯੂ ਪੀਪਲ ਓਕੇ ਮਿਸ ਪ੍ਰਿਯੰਕਾ ਤੇ ਤੁਸੀਂ ਸਾਡੀ ਵੀ ਗੱਲ ਸੁਣ ਲਓ ਇਹ ਗੱਲ ਹੁਣ ਸਾਡੀ ਇੱਜ਼ਤ ਤੇ ਆ ਗਈ ਹੈ ਜੇ ਸਾਡੇ ਯਾਰ ਨੇ ਤੁਹਾਨੂੰ ਵਾਅਦਾ ਕਰ ਹੀ ਦਿੱਤਾ ਹੈ ਤੇ ਫਿਰ ਹਵਾ ਤੇ ਰੁਕ ਸਕਦੀ ਹੈ ਪਰ ਹੁਣ ਅਸੀਂ ਨਹੀਂ ਰੁਕ ਸਕਦੇ ਤੁਸੀਂ ਬਸ ਸਾਡਾ ਵੇਟ ਕਰੋ ਵੀ ਆਰ ਕਮਿੰਗ ਬਾਏ ਚੱਲ ਮੇਰੇ ਸ਼ੇਰਾ ਕਮਾਲ ਕਰਤਾ ਵਾਟ ਡਿਡ ਹੀ ਸੇ ਦੇ ਆਰ ਕਮਿੰਗ ਤੁਸੀਂ ਲੋਕ ਪਾਗਲ ਹੋ ਗਏ ਹੋ ਯਾਰ ਘਰਦਿਆਂ ਨੇ ਨਹੀਂ ਮੰਨਣਾ ਉਹ ਵੇਖ ਸਮਰ ਵੀਰੇ ਤੂੰ ਕਮਿਟਮੈਂਟ ਤਾਂ ਕੀਤੀ ਹੈ ਉਹ ਵੀ ਜਾਣਾ ਤੇ ਪੈਣਾ ਹੈ ਓਏ ਕਿਉਂ ਲੱਕੀ ਸਹੀ ਗੱਲ ਹੈ ਸਹੀ ਗੱਲ ਹੈ ਫਿਰ ਐਗਜ਼ੈਕਟਲੀ ਚੱਲ ਤੂੰ ਬਕਵਾਸ ਨਾ ਯਾਰ ਇਹਨੇ ਉੱਥੇ ਕੁੜੀਆਂ ਦੇਖਣ ਜਾਣਾ ਯਾਰ ਤੂੰ ਯਾਰ ਸਮਰ ਤੇਰਾ ਦਾ ਵਿਆਹ ਹੋ ਚੱਲਿਆ ਯਾਰ
यार साडे बारे तो सोच यार बाबी दियां सहेलियां यार तेरे नाल सानू भी वीआईपी ट्रीटमेंट देणगियां हेलो जी पानी पियो ओए होए होए मैं कहना तेरे प्रामा दी लाइफ बन जूगी यार स्वाद आ जूगा जिंदगी दा की गल है यार सोच यार जाना तो मैं भी चाहना मैनू कोई शौक थोड़ा मैं अमनीत दुखी करा मैं तो आप बड़ा उदास हाँ उदास देख के पापा ने नहीं मनना यार उन्होंने नहीं जान देना पापा यार पापा नू असी थोड़ी दसना कि असी कसौली जा रहे हैं ठीक है फिर सोचो कोई बहाना नवी दीदी नू कॉल कर ए वधिया यार शेरवानी दा साइज बई हुण व्याह च जदो दो दिन रह गए ने ते तू कहना कि शेरवानी दा साइज वड्डा हो गया ना इन्ने दिन सुत्ता पया सी हैं शेरवानी दी असली फिटिंग की होंदी है मैं केड़ी पहले कदी पाई है वो तो मैं लकी दसिया कि मोटिया थोड़ी टाइट होनी चाहिए है ना फिर चंडीगढ़ जाना जरूरी है पटियाले नहीं होंदी ठीक पापा जित्थे लई ओथे ही ठीक होएगी ना कमाल भाई मैनू एक गल समझ नहीं आती चंडीगढ़ वाले पटियाले तो कपड़े सवांदे ने ते पटियाले वाले चंडीगढ़ तो बस इहो एक काम रह गया काका नाले तेनू चंगा भला पता है के वटना लगन तो बाद पैर बाहर नहीं पट्टी दा ते फिर भी तू पापा आपां दो घंटे च वापस आ जांगे गए ते आए पापा गोल्डी ते लक्की नाल ही ने ए आराम नाल जाउणगे सिफारिश ठीक है आराम नाल जायो ते काम खत्म करके सीधा घर वापस समझ गए ओ चक ते अपा बड़े फिर लाल परी साडे चलो की गल है यार मेरे फोन दा चार्जर किथे गवाच गया है ए बैटरी खत्म होन वाली है यार कोई नहीं यार परजाई दा नंबर याद होना है मेरे फोन चो कॉल कर ली बस टेंशन कादी लना ओदा नंबर तो दिल ते लिखया होया वीरे ओए होए ओए होए
ਸੋਣੀਏ ਸਾਨੂੰ ਨਾ ਕੋਈ ਤੋਟ ਸੋਣੀਏ ਅਸੀਂ ਰੱਬ ਦਾ ਸ਼ੁਕਰ ਮਨਾਉਂਦੇ ਅਸੀਂ ਰੱਬ ਦਾ ਸ਼ੁਕਰ ਮਨਾਉਂਦੇ ਮੁੰਡੇ ਪਟਿਆਲੇ ਦੇ ਮੁੰਡੇ ਪਟਿਆਲੇ ਦੇ ਮੁੰਡੇ ਪਟਿਆਲੇ ਦੇ दर्शन कर लो भाभी लगी देख ला भी करता गोल्डी कमला हो गया वो की गल यार तुसी लोग चुप क्यों हो गए कोई गलबात सुनाओ नहीं यार चुप चुप का दे तू होर दस तेरे ब्याह की तैयारी कितने चल यार ओ बस यार थोड़ी कमी सी तुसी लो आ गए हुन सब ठीक है ओ फिर ता वधिया ओ रंग पा देंगे आपा यार यार समर यार एक गल दस गोल्डी जरा म्यूजिक हॉली कर यार ओए ले यार की हो गया यार यार परजाई दा ना यार पूजा भी है अब की पूजा ओदा ना अवनीत है यार अवनीत यार गल पता की है एक्चुअली यार अपनी जड़ी परजाई मेरा मतलब है साडे दोनों दी परजाई यार उथे चंडीगढ़ यार गोल्डी यार तू दस ना ओ मैं की दसा साल्या लकी की गल है दस ना यार नहीं कुछ नहीं है यार लकी दस ना यार की गल है चल फिर मैं दस देना यार समर वीरे ऐ गल सुन के तैनू ओना ही दुख लगेगा जिन्ना मैनू कहंदे हुए लग रहा ऐ तेरी जड़ी अवनीत आ साडी परजाई ऐ 2005 विच भी साडी परजाई ही हुंदी सी की मतलब यार ये साला क्यों अनजान बनया बैठा है एनु केड़ा नहीं पता दस ओए ओ साले तू की बकवास करी जाने मैनु की पता फिरे मैं बकवास कर रहा समर वीरे तू मेरी गल सुन यार यार तेनु याद है मैं ते गोल्डी चंडीगढ़ आयल का कोर्स कर रहे सी ते तू पटियाले एमबीए कर रहा सी ते साडे नाल एक मुंडा नहीं हुंदा सी जस यार अपना जस खासी मशहूर कुड़ी सी वीरे खासी मशहूर जस केड़ा खन्ने वाला लक्की तू पागल हो गया पागल और मेरे वीरे ओ कोई होर कुड़ी सी ते उसका ना अवनीत है अवनीत समझे चल कुड़िया का भी कोई ना हुंदा ਐਨੂੰ ਅਵਨੀਤ ਦੱਸਦਾ ਮੈਨੂੰ ਪੂਜਾ ਦੱਸਦਾ ਤੈਨੂੰ ਕੋਈ ਦੂਜਾ ਹੀ ਦੱਸਦਾ ਉਹ ਸਿੱਧੇ ਮੂੰਹ ਗੱਲ ਤੇ ਕਰਦੀ ਨਹੀਂ ਸੀ ਉਹ ਕਿਸ ਦੇ ਨਾਲ ਯਾਰ ਤੂੰ ਕਿਉਂ ਬਕਵਾਸ ਕਰੀ ਜਾਂਦਾ ਯਾਰ ਕਿਉਂ ਬਕਵਾਸ ਕਰੀ ਜਾਂਦਾ ਉਹ ਜਦ ਮੈਂ ਤੈਨੂੰ ਇੱਕ ਵਾਰੀ ਕਹਿ ਛੱਡਿਆ ਉਹ ਕੋਈ ਹੋਰ ਕੁੜੀ ਸੀ ਮੇਰੇ ਨਾਲੋਂ ਜ਼ਿਆਦਾ ਨਹੀਂ ਪਤਾ ਤੈਨੂੰ ਹਾਂ ਤੂੰ ਇਹ ਕਰ ਤੂੰ ਪਾਣੀ ਪੀ ਤੂੰ ਪਾਣੀ ਪੀ ਯਾਰ ਪਾਣੀ ਉਹ ਛੱਡ ਓਏ ਸਾਲਿਆ ਤੇਰਾ ਵੀ ਖਾਸਾ ਮੋਹ ਸੀ ਉਹਦੇ ਨਾਲ ਮੈਂ ਸਭ ਸਮਝ ਰਿਹਾ ਹੁਣ ਹਾਂ ਤਾਂ ਹੀ ਤਾਂ ਮੈਂ ਤੈਨੂੰ ਮੇਰੇ ਵੀਰ ਕਹਿ ਰਿਹਾ ਕਿ ਉਹ ਕੋਈ ਹੋਰ ਕੁੜੀ ਸੀ ਯਾਰ ते मेरे वीर मैं इस गल की गरंटी भी लेना ते हुण तू इस गल नू दुबारा ना कर यार मैनू पुलेखा किवें लग सकता यार कमाल होया यार यार पुलेखा लगे आणू नू पुलेखा यार तू तो मेरी जान काटती सी वीरे ਤੁਹਾਨੂੰ ਇੱਕ ਗੱਲ ਕਵਾਂ ਹਾਂ ਵੀਰੇ ਜੇ ਮੈਨੂੰ ਰੱਬ ਵੀ ਆ ਕੇ ਕਵੇ ਨਾ ਤਾਂ ਵੀ ਮੈਂ ਕਦੀ ਅਵਨੀਤ 'ਤੇ ਸ਼ੱਕ ਨਾ ਕਰਾਂ ਉਹ ਨਾਲੇ ਲੱਕੀ
अवनीता ज्यादा चंडीगढ़ रही नहीं, उन्हें अपनी ज्यादा पढ़ाई तो शिमले पूरी की है। ऐसा तो हो ही नहीं सकता यार। अच्छा नाले मैं तो तुम्हें पहले दसिया यार, जिद्दीवा लैके भी लभ लो ना, ते इन्ना चंगा सुभाव ते इन्नी सोहनी कुड़ी किते नहीं मिली। इश्क जगावे मिठड़ी जई पीड़ सही ना जावे, खुलिया अखा नाल देखा ख्याला विच तेरा चेहरा, तेरे नाल जुड़िया यादा मेरी पूंजी धन मेरा, आइए तो दूरी रब ना पावे अखियां नू नींद न सजना, रातानू तेरा इश्क जगावे मिठड़ी जई पीड़ सही ना जावे। बूटा दिल दे बेड़े लाया चैन गवाया, उंगली दे विच छल्ला जो तू पाया रोग लगाया इश्क कमाया वे, इश्क दा बूटा दिल दे बेड़े लाया चैन गवाया, सजना तेरी ही दीद दवा, तेरी तस्वीर ही मन पर जावे अखियां नू नींद न सजना आवे, हो रातां नू तेरा इश्क जगावे कमला दिल दीद यार दी जावे। I'm not
इश्क जगावे मिठड़ी जई पीड़ सही ना जावे ਸਾਲਿਆ ਪੁੱਛਣਾ ਕੀ ਹੈ ਕਦੀ ਮਨਾ ਵੀ ਕਰ ਦਿਆ ਕਰੋ ਸਾਲਿਓ ਨਾਲੇ ਦਾ ਪਿਓ ਵੀ ਹੈਗਾ ਯਾਰ ਗੱਲ ਕੀ ਹੋ ਗਈ ਕਿੱਥੇ ਜਾ ਰਹੇ ਹੋ ਕਸੌਲੀ ਦਰਅਸਲ ਮੇਰੀ ਕਾਰ ਖਰਾਬ ਹੋ ਗਈ ਕਾਕਾ ਜੀ ਜਾਣਾ ਤਾਂ ਵੈਸੇ ਮੈਂ ਵੀ ਕਸੌਲੀ ਹੈ ਜੀ ਕੋਈ ਨਾ ਬਹਿ ਜਾਓ ਪਿੱਛੇ ਅੱਛਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ पीछे पीछे हाँ एक मिनट चलिए काका जी यार गुलाबों का दूजा ले गया चलो काका जी वेरी नाइस पानी लोगे काका जी नहीं नहीं प्यास लगी सी बस काका जी तुसी पानी पियोगे नहीं जी बस तुसी पियोगे जी नहीं नहीं ਆਲੋ ਮੈਂ ਇੱਥੇ ਰੱਖ ਦਿੰਦੇ ਜੀ ਲੋਡ ਪਈ ਤਾਂ ਪੀ ਲਿਓ ਹਨਾ ਵੈਸੇ ਕਾਕਾ ਜੀ ਤੁਸੀਂ ਕਿੱਥੋਂ ਆ ਰਹੇ ਹੋ ਚੰਡੀਗੜ੍ਹ ਤੋਂ ਨਹੀਂ ਜੀ ਪਟਿਆਲੇ ਤੋਂ ਆ ਰਹੇ ਅਸੀਂ ਨਾਈਸ ਵੈਰੀ ਨਾਈਸ ਕੀ ਗੱਲ ਅੰਕਲ ਜੀ ਤੁਹਾਡੀ ਮਰੂਤੀ ਚੜ੍ਹਦੀ ਨਹੀਂ ਪਹਾੜਾਂ ਤੇ ਉਹ ਨਹੀਂ ਕਾਕਾ ਜੀ ਜਿਹੜੀ ਇਹ ਕਾਰ ਹੈ 22 ਸਾਲ ਪਹਿਲਾਂ ਮੇਰੇ ਦਹੇਜ ਵਿੱਚ ਆਈ ਸੀ ਉਦੋਂ ਦੀ ਸਾਂਭ ਕੇ ਰੱਖੀ ਹੋਈ ਹੈ ਆਪਣੀ ਵਾਈਫ ਅੰਮ੍ਰਿਤਸਰ ਤੋਂ ਆ ਨਾ ਜੀ ਬਸ ਕਿੱਥੋਂ ਦੀ ਜੀ ਆਪਣੀ ਵਾਈਫ ਅੰਮ੍ਰਿਤਸਰ ਤੋਂ ਕਾਕਾ ਜੀ ਸਭ ਕਰਮਾਂ ਦੇ ਖੇਡ ਨੇ ਦੇਖ ਲਓ ਜੀ ਅੱਜ ਵੀ ਆਪਣੀ ਵਾਈਫ ਇੰਨਾ ਪਿਆਰ ਕਰਦੀ ਹੈ ਮਤਲਬ ਕਿ ਇੰਨਾ ਜ਼ਿਆਦਾ ਪਿਆਰ ਕਰਦੀ ਹੈ ਉਸ ਕਾਰ ਨੂੰ ਅੱਛਾ ਜੀ 22 ਸਾਲ ਹੋ ਗਏ ਮੇਰਾ ਤਾਂ ਨਾ ਹੀ ਨਹੀਂ ਲੈ ਰਹੀ ਹੁਣ ਵੀ ਹਰ 5-5 ਮਿੰਟ ਬਾਅਦ ਫੋਨ ਕਰਕੇ ਕਾਰ ਦਾ ਹਾਲ ਚਾਲ ਪੁੱਛੀ ਜਾਂਦੀ ਹੈ ਤੇ ਵਿਚਾਰੇ ਗੁਰਪ੍ਰੀਤ ਸਿੰਘ ਨੂੰ ਗਰੀਬ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਗੁਰਪ੍ਰੀਤ ਉਹ ਤੇ ਐਵੇਂ ਜਾਨ ਮਾਰਦਾ ਫਿਰਦਾ ਦੇਖ ਲਓ ਜੀ ਗੁਰਪ੍ਰੀਤ ਸਿੰਘ ਜੀ ਆਪਣੇ ਨਾਲ ਹੀ ਰਹਿੰਦਾ ਜੀ ਕੀ ਮਤਲਬ ਤੁਹਾਡਾ ਕਾਕਾ ਜੀ ਮੈਂ ਹੀ ਗੁਰਪ੍ਰੀਤ ਸਿੰਘ ਆ ਓਹੋ ਹੋਰ ਕੀ ਮੇਰਾ ਗੁਰਪ੍ਰੀਤ ਸਿੰਘ ਦੇ ਨਾਲ ਮੁਸ਼ਤਰਕਾ ਖਾਤਾ ਖੋਲਿਆ ਹੋਇਆ ਮਾਰ ਕਰਦੇ ਹੋ ਤੁਸੀਂ ਓਏ 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 ਪਾਣੀ 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 ਓਏ ਦਰਅਸਲ ਕਾਕਾ ਜੀ ਫੋਨ ਵਾਈਬ੍ਰੇਸ਼ਨ ਤੇ ਲੱਗਿਆ ਸੀ ਫਿਕਰ ਨਾ ਕਰੋ ਨਾਲੇ ਆਪਣੀ ਵਾਈਫ ਦਾ ਫੋਨ ਹੈ ਗੁਰਵਿੰਦਰ ਕੌਰ ਦਾ ਹੈਲੋ ਆਪਣੀ ਵਾਈਫ ਦਾ ਫੋਨ ਆ ਗਿਆ ਬਈ ਹਾਂਜੀ ਹਾਂ ਡਾਰਲਿੰਗ ਇੱਕ ਵਾਰੀ ਹੁਕਮ ਤਾਂ ਕਰੋ ਕੀ ਚਾਹੁੰਦੀ ਹੈ ਮੇਰੀ ਜਾਨੂ ਹਾਂਜੀ 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 ਉਹ ਐ ਹੋਇਆ ਗੁਰਵਿੰਦਰ ਦੀ ਕਾਰ ਹੋ ਗਈ ਸੀ ਖਰਾਬ ਉਹਨੂੰ ਮੈਂ ਸਾਈਡ ਤੇ ਪਾਰਕ ਕਰਕੇ ਨਾ ਕਿਸ ਤੋਂ ਲੈਫਟ ਲੱਗੇ ਉਹਨਾਂ ਨਾਲ ਜਾ ਰਿਹਾ ਹਾਂ 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 ਨਹੀਂ 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 ਉਹ ਕੋਈ ਚੱਕਰ ਨਹੀਂ ਉਹ ਮੈਂ ਸਾਈਡ ਤੇ ਪਾਰਕ ਕਰੀ ਆ ਕੋਈ ਚੱਕਰ ਨਹੀਂ ਚੰਗੀ ਤਰ੍ਹਾਂ ਲੌਕ ਕਰੀ ਹੋਈ ਹੈ ਉੱਥੇ ਪਹੁੰਚ ਕੇ ਜੀਜੇ ਨੂੰ ਨਾਲ ਲੈ ਕੇ ਆ ਕੇ ਵਾਪਸ ਚੱਕ ਲੈ ਜਾਂਗੇ ਵੈਰੀ ਸਿੰਪਲ ਉਹਨੂੰ ਕੋਈ ਨਹੀਂ ਚੱਕ ਕੇ ਲੈ ਕੇ ਆਂਦਾ ਮੈਂ ਚੰਗੀ ਤਰ੍ਹਾਂ ਲੌਕ ਲਾ ਕੇ ਆਇਆ ਨਾਲੇ ਯਾਰ ਉਹ ਕਟਾਰਾ ਕਾਰ ਨੂੰ ਚੱਕ ਕੇ ਕਿਸੇ ਨੇ ਮਰਿਆ ਹੋਇਆ ਸੱਪ ਉੱਤੇ ਕੱਲ ਪਾਉਣਾ ਇਹ ਸਾਰੀ 15,000 ਦੀ ਵਿਕਣੀ ਨਹੀਂ ਹੈ ਨਹੀਂ 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 ਵਿਕਣ ਦੀ ਗੱਲ ਕਿਹਨੇ ਕੀਤੀ ਹੈ ਵਿਕਣ ਦੀ ਮੈਂ ਗੱਲ ਹੀ ਨਹੀਂ ਕੀਤੀ ਡਾਰਲਿੰਗ ਗਾਲੀ ਕੱਢਣੀ ਮੈਂ ਵੀ ਗੱਲ ਕੱਢ ਸਕਦਾ ਫਿਰ ਮੈਂ ਗੱਲ ਕੱਢਾਂ ਫਿਰ ਮੈਂ ਗੱਲ ਕੱਢ ਕੇ ਦਿਖਾਵਾਂ ਫਿਰ ਲੈ ਫਿਰ ਸੁਣ ਤੇਰੀ ਮਾਂ ਨੂੰ ਲੈ ਜਾਂ ਡਾਕੂ ਗਾਲ ਕੱਢਦੀ ਵੀ ਅੰਦਰ ਨੇ ਗਾਲ ਕੱਢਦੀ
ते जांदे जांदे तेरे बापू दे भी दो थप्पड़ मार जान। हैलो हैलो कटता डरदी ने। एक गल दसा जी, ला के तो तुसी भी थल्ले ही रख दे अपनी वाइफ नू। सुनदे तो तुसी भी किसे दी नहीं है। ओ काका जी, मर्द दी लत हमेशा उपर रहनी चाहिदी है। वाह जी वाह। वैसे भाई दा बे तुहाडा ब्याह हो चुके? नहीं हजे नहीं होया जी। नाइस, वेरी नाइस। वैसे फॉर योर काइंड इंफॉर्मेशन आपा तो पहले दिन ही टिमरी टैट करती सी। नाइस, वेरी नाइस। वैसे काका जी मैनू लगता है फोन कटिया नहीं, मेरे फोन की बैटरी डेड होगी। काका जी तुहाडे कोल किसी कोल नोकिया का पतली पिन वाला चार्जर हैगा? नोकिया का पतली पिन वाला चार्जर तो है नहीं जी। चिप्स का पैकेट है जी। नाइस, वेरी नाइस। ये तो फिर वही गल होगी ना भी दुकान पर कोई खंड लैन गया, अगो दुकानदार कहता खंड तो है नहीं, पटाके ले जाओ। नाइस, वेरी नाइस। वैसे मैं चार्जर बारे गल कर रहा सी। चार्जर है नहीं जी। फिर से तो जवाब दो ना, बंदा साइड से लाके बैठे जी। कमाल कर दियो। कोई नहीं, तुसी मैनू अपने फोन की बैटरी काट के दियो, मैं हूँ ही चार्ज कर देना। ओ अच्छा जी, हाँ लो कर दोगे? हैं आ लो। आलो। ये चार्ज हो गई होनी है जी। चेक करो। तुसी पहला कदे इदा चार्ज कीती है? कीती था जी, बहुत बार है, हो ही नहीं कदे। मैं क्या खबरे हो ही जावे आज। नाइस, वेरी नाइस। वैसे तुहाडे जो कोई मैनू 5 मिनट लिया उहदा फोन दे सकदा है? क्योंकि गुरविंदर माइंड कर दूगी, नहीं तो उन्हें मेरी जान लेनी कर लेनी है। एक मैं कॉल कर रहा हूं। फोन दी केड़ी गल है जी। थैंक यू। नाइस, वेरी नाइस। हेलो। हाँ हाँ गुरविंदर, मेरा ख्याल है पहला फोन कट गया सी। हाँ जी हाँ जी। और नहीं नहीं, नहीं मैं गाल कट सकता कितने? चंगा बाबा मैं गाल बाप लैना, बस फिर तो ठीक है ना। चल तेरी माँ डाकू ना चक के लैके जान, होर दस। ते जाते जाते तेरे प्यो दे तो थप्पड़ बिना मार के जान, बल्कि उल्टी शाबाशे दे के जान, फिर तो ठीक है ना। है खुश रह कर खुश। का ओ कार की फिक्र ना कर, कार की सारी जिम्मेवारी मेरी है। खुश समझ रहा हुंदा है। मैं मुंडे नाल जा रहा सी ना, बैठा सी। हाँ, सेम टू यू, सेम टू यू डार्लिंग, सेम टू यू। बाय बाय बाय। ओके ओके, थैंक यू। हेलो, इज दिस लकी'स नंबर? हां जी लकी गल कर रहे हैं, तुसी कौन? हाय लकी, दिस इज अवनीत। आई सपोज समर इज विद यू गाइस, राइट? हां जी हां जी, आलो गल करो। समर, परजाई दा फोन है। ओह हां जी, सुनियो समर, किथे हो तुसी? व्हाट हैपेंड टू योर फोन? कदों दा स्विच ऑफ आ रहा है? ओ तां मैं नवी दी तो लकी दा नंबर ले लिया, वरना ओ नहीं यार, ओ मेरे फोन दी ना बैटरी खत्म हो गई सी। अच्छा अच्छा, अब किथे पहुंचे तुसी लोग? बस पहुंचन वाले ही हां, धर्मपुर पहुंचने वाले हैं। ओके ओके। या समर, हां वही गल पूछ के ता देख। एक मिनट होल्ड करे, केड़ी गल? वही गल यार, ओ यार लगे तू ना कमाल बंदा यार। छड यार, मैं तेनु बंदे वा किनी बार समझाया कि ओ कोई होर कुड़ी सी, होर कुड़ी सी, होर कुड़ी सी, तू ता भी यार हद करता। मतलब मैं पूछ लेना, एनु ठंड नहीं पैनी। पूछो पूछो पूछो। यार तेनु एक गल पूछनी सी। हां जी पूछो। तू कदे लंबे टाइम ले चंडीगढ़ रही है? सॉरी। हेलो जान, तू कदे लंबे टाइम ले चंडीगढ़ रही है? कोई कोर्स वोर्स कीता है उथे? समर इथे बहुत शोर आ रहे थे, उधरो तड़ी आवाज क्रैक कर रही है, आई जस्ट कांट लिसन। की सॉरी। हेलो हेलो समर, समर हेलो, मेरी आवाज आ रही? हेलो समर, हेलो समर, आई जस्ट कांट सम। व्हाट यू हैव इट? की कहंदी भाई? फोन कटता यार। ओ यार ओ बैटरी लो हो गई होनी ओदी, कोई गल नहीं, कभी-कभी हो जांदा है।
हाँ जी सॉरी यार अंदर नेटवर्क नहीं आ रहा सी शायद इसलिए बाहर आके कॉल कर रही हूं अच्छा नाउ टेल मी व्हाट वर यू आस्किंग नहीं नहीं तू तू कभी लंबे टाइम से चंडीगढ़ रही है चंडीगढ़ हां रही है ना 2005 ਦੇ ਵਿੱਚ ਮੈਂ ਆਪਣੇ ਮਾਮਾ ਜੀ ਕੋਲ ਰਹੀ ਹਾਂ ਚੰਡੀਗੜ੍ਹ ਐਨਐਫਟੀ ਦਾ ਕੋਰਸ ਕੀਤਾ ਸੀ ਨਾ ਬਸ ਇਸੇ ਲਈ ਕੀ ਹੋਇਆ ਸਮਰ ਵੀਰੇ ਚਲੋ ਆਓ ਯਾਰ ਪੇਸ ਮਾਰ ਲੈਨੇ ਆ ਅਬ ਤੁਸੀਂ ਕਰ ਲਓ ਯਾਰ ਮੈਨੂੰ ਆ ਨਹੀਂ ਰਿਹਾ ਐਕਚੁਅਲੀ ਚੱਲਣਾ ਯਾਰ ਵਾਹ ਯਾਰ ਆ ਜਾ ਜਦ ਕਹਤਾ ਇੱਕ ਵਾਰੀ ਨਹੀਂ ਆ ਚਲੋ ਠੀਕ ਹੈ ਹੁਣ ਖੁੱਲਿਆ ਸਰੀਰ ਭਾਈ ਅਵਨੀਤਾ ਵਾਕਈ 2005 ਵਿੱਚ ਚੰਡੀਗੜ੍ਹ ਰਹੀ ਹੈ ਭਾਈ ਜੋ ਲੱਕੀ ਗੱਲ ਕਹਿ ਰਿਹਾ ਸੀ ਕਿਤੇ ਉਹ ਸਹੀ ਤਾਂ ਨਹੀਂ ਹੈ ਲੱਕੀ ਦੱਸ ਨਾ ਯਾਰ ਪਤਾ ਨਹੀਂ ਯਾਰ ਮੈਨੂੰ ਤੇ ਸਮਝ ਨਹੀਂ ਆ ਰਿਹਾ ਯਾਰ ਇਹਨੇ ਗਰੰਟੀ ਲਈ ਸੀ ਪੁੱਛੋ ਬਈ ਹਾਂ ਯਾਰ ਸਮਰ ਯਾਰ ਮੇਰੇ ਕੋਲ ਨਾ ਹੁਣ ਹੋਰ ਨਹੀਂ ਲੁਕਾਇਆ ਜਾਂਦਾ ਯਾਰ ਇਹ ਲੱਕੀ ਜੋ ਵੀ ਤੈਨੂੰ ਕਹਿ ਰਿਹਾ ਉਹ ਸੱਚ ਹੈ ਯਾਰ ਯਾਰ ਮੈਂ ਤੇ ਯਾਰ ਫੋਟੋ ਦੇਖਦੇ ਸਾਰ ਉਹਨੂੰ ਪਛਾਣ ਗਿਆ ਸੀ ਪਰ ਮੇਰੀ ਬੋਲਣ ਦੀ ਹਿੰਮਤ ਨਹੀਂ ਪੈ ਰਹੀ ਸੀ ਯਾਰ ਬੜਾ ਅਵਨੀਤਾ ਰਿਕਾਰਡ ਜ਼ਿਆਦਾ ਹੀ ਖਰਾਬ ਹੈ ਬਹੁਤ ਜ਼ਿਆਦਾ ਵੀਰੇ ਬਹੁਤ ਹੀ ਜ਼ਿਆਦਾ ਤੁਹਾਨੂੰ ਯਾਦ ਹੈ ਇੱਕ ਵਾਰ ਤੁਹਾਡੇ ਦੋਨਾਂ ਤੋਂ ਪੈਸੇ 5-5 ਹਜ਼ਾਰ ਰੁਪਏ ਲੈ ਕੇ ਮੈਂ ਕੁੜੀ ਦੇ ਨਾਲ ਸ਼ਿਮਲੇ ਗਿਆ ਸੀ ਇਹ ਉਹੀ ਕੁੜੀ ਆ ਕੀ ਹੋਇਆ ਠੀਕ ਹੈ ਤੂੰ ਤੁਹਾਡੀਆਂ ਸ਼ਕਲਾਂ ਦੇਖ ਕੇ ਮੈਂ ਸਭ ਸਮਝ ਗਿਆ ਕਾਕਾ ਜੀ ਪਰ ਚਿੰਤਾ ਦੀ ਕੋਈ ਲੋੜ ਨਹੀਂ ਮੈਂ ਸਮਰਾਲੇ ਇੱਕ ਬਹੁਤ ਹੀ ਵਧੀਆ ਹਕੀਮ ਨੂੰ ਜਾਣਦਾ ਸਮਝ ਗਿਆ ਨਾ ਮੈਂ ਕੀ ਕਹਿ ਰਿਹਾ ਚਿੰਤਾ ਨਹੀਂ ਕਰਨੀ ਮੈਂ ਹੈਗਾ ਨਾ ਚਲੀ ਕਿੱਥੇ ਕਸੌਲੀ ਜਾਂ ਪਟਿਆਲੇ ਹੁਣ ਤਾਂ ਬਈ ਪਟਿਆਲੇ ਜਾਣ 'ਚ ਫਾਇਦਾ ਹੈ ਅੰਕਲ ਜੀ ਸਾਡੀ ਪਟਿਆਲਾ ਵਾਪਸ ਜਾਣ ਦੀ ਸਲਾਹ ਬਣ ਗਈ ਹੈ ਤੁਸੀਂ ਪਲੀਜ਼ ਆਪਣਾ ਇੰਤਜ਼ਾਮ ਕਰ ਲਓ ਪਰ ਇੱਕ ਫਾਇਦਾ ਹੋਰ ਵੀ ਹੋ ਗਿਆ ਭਾਬੀ ਕਿ ਕਸੌਲੀ ਵਾਲੇ ਚੰਡੀਗੜ੍ਹ ਆ ਕੇ ਵਿਆਹ ਕਰਨ ਨੂੰ ਮੰਨ ਗਏ ਹਾਂ ਤੇ ਜੀ ਇਹ ਤੇ ਉਹਨਾਂ ਨੇ ਬਹੁਤ ਚੰਗਾ ਕੀਤਾ ਸੱਚੀ ਮੈਂ ਤਾਂ ਆਪ ਬਹੁਤ ਖੁਸ਼ ਹਾਂ ਹੋਰ ਕੀ ਭਾਬੀ ਚੰਗਾ ਹੋਇਆ ਤੇ ਇੱਕ ਗੱਲ ਹੋਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਵਿਆਹ ਸ਼ਾਦੀਆਂ 'ਚ ਆਪਣਾ ਟੱਬਰ ਸ਼ਰਾਬ ਨੂੰ ਪਹਿਲਾਂ ਪੈਲ ਦਿੰਦਾ ਇਹ ਤੇ ਤੂੰ ਬਿਲਕੁਲ ਸਹੀ ਕਹਿ ਰਹੀ ਹੈ ਤੇਜੀ ਭਾਬੀ ਆਪਣਾ ਸਮਰ ਤਾਂ ਨਹੀਂ ਸ਼ਰਾਬ ਪੀਂਦਾ ਹੋਣਾ ਨਹੀਂ ਮੇਰੇ ਖਿਆਲ 'ਚ ਤਾਂ ਉਹ ਬਿਲਕੁਲ ਨਹੀਂ ਪੀਂਦਾ ਗੋਲੀ ਰੋਕੀ ਯਾਰ ਬੋਤਲ ਫੜ ਲਈ ਯਾਰ ਜਾ ਭਾਜੀ ਗਰੂ ਦੀ ਬੋਤਲ ਹੁਣੇ ਲਓ ਜੀ
आ लो जी। हाँ। की कितनी होए? तेरे को दिखाई नहीं दे रहा? तेरे को दिखाई नहीं दे रहा साला? पूरे आया ना? मुंह संभाल के गल करोए। चुप। चुप। चल साली की गिर गई तेरी। ਐਮਐਲਏ ਦਾ ਕਤਲ ਕਰਨ ਤੋਂ ਬਾਅਦ ਮੇਰੇ ਸਿਰ 6 ਕਤਲ ਹੋ ਜਾਣੇ ਨੇ ਨਾਲੇ ਆ ਕਤਲ ਤੋਂ ਬਾਅਦ ਨਾ ਆਪਾਂ ਸਪਾਰੀ ਦਾ ਰੇਟ ਚੱਕ ਲੈਣਾ ਕਿਵੇਂ ਐ ਛੋਟੇ ਹੋ बड़ी काली च लगते हो खड़ जाओ यार दो चार मिनट किसी बंदे ने अपना हिसाब किताब भी पूरा करना होता है कौन है भाई तू मेरा नाम है कातल जगतार सिंह बर्दपुरा सिंह बदमाश पांच पुलिस वालों का कतल मेरे नाम से बजता है खैर तुसी मैनू ऐ दसो अर्श दे थप्पड़ थोड़े चो केड़ा मार बैठा भाई जी।
बस बस छोटे बस करो मैं समझा लेना इन्हों नाले की फायदा एम एक दूसरे तू कलीस करन दा वर्षी तेनू किन्ने बारी कहा चौड़ नहीं करी दी होंगी साले पागल कोई गल नहीं काका चलो छोटे थोनू भी काली होनी है संता कोई काली नहीं देख लो जे होर सेवा करवानी है तां असी तो हुण वेले ही आ कमाल करदे जे तुसी वेले हो सानू तो कम है ना नाले इतने ताले दाले कोई ढाबा भी नहीं जिथे आप बह के चाह पी सकी कोई गल नहीं नैक्सट टाइम सही अगले बार पीवोंगे चाह शाबाश तुसी ऐ करो ना शाबाश निकलो शाबाश चलो ए घरे चलो साले तुम दस दू पता किन्ने बारी कहा साले पंगे ना लिया करो ऐ कर गड्डी कसौली वाल पाला जे हुण आए हाँ तो उधरला हिसाब भी पूरा करके ही चलते हैं चंगा वीरे हाँ चलो चलो फिर मैं ताजी एक नंबर भाई जी घोड़ा तो हथी पिया सी गया ना धोखा अज पहली बार तेरे करके कातल जगतार सिंह बलद पूरा सिंह बदमाश नू जिल्लत का सामना करना पिया खैर हुण एक मौका होर दे रहा तेनू ऐ तो मैनू तेरे ते बथेरा भरोसा है तो तू यारां दा यार बथेरे बंदियां दे मक्कू ठप्पे ने पर देखी किते अज पिट ना लवा दी मेरी टाइगर चल तोर गड्डी आ लगाड़ियां दा तां कट्टीए केक हेलो समर हाँ जी दीदी पहुंच गए कसौली नहीं दीदी हले रस्ते ची हाँ चलो ठीक है जदों पहुंच जाओगे ना मैंने एक बारी कॉल कर लियो दी तो ना एक गल करनी सी हाँ हाँ बोल पता नहीं दी सब गलत हो गया कुछ समझ नहीं आ रहा ओके दी पहले क्या सी चलो आ पड़ो काका जी गिरा आ लो की हो रहा है यार आ पड़ो काका जी उधर रख लो पार्ले पास फोन थोड़ा चको ना बैगे जी चलो करो ठंडा ठंडा लेके आओ 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 ले पैसे फाड़ लो फटाफट हेलो ओए 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 पिता कहाँ जा गया लो जी ठंडा लाओ नहीं लो ना नाइस वेरी नाइस नाइस दरअसल काका जी मेरा दिल कमजोर है ना मैं तो ऐसे हादसे सहे नहीं जाते दिमाग खराब कर दस बंदे ने यार तुसी कुछ कहा काका जी नहीं जी जे कुछ नहीं कहा चलो फिर इतने की करते हो ये अपना की बात चलो आप लेट हो रहे हैं छेती करो आ जाओ काका जी मैनू लगता है तो किसी की रिश्तेदारी है नहीं जी
फिर कमाल कर दो कि नहीं तू जाना लेट हो रहे हो चलो छेती करो आ है इन सामने वाले छेती करो आ जाओ कौन है यार जिंदगी इन्ना वड्डा धोखा देगी मैं कभी सोचा भी नहीं सी जिंदगी तो बहुत पई मेरे यार तू फिकर ना कर काका जी मैनू लगता है कोई कुड़ी धोखा देगी लगती है खैर देखो जी अजकल दी कुड़ियां तो ता रब भी बचावे जी बड़िया ही धोखेबाज होंदियां ने लै मैं तुहानू गल सुणाउणा साडे गवांढ च इक कुड़ी हुंदी सी एडी ज्यादा करैक्टरलैस जी उन्हां दे घरदिआं ने एक साऊजा मुंडा बिल्कुल तुहाडे वर्गा होणा लभ के ब्याह करता पर कुड़ी इन्नी खुश मिजाज ब्याह तो बाद भी ना हटी जी फिर की सी मुंडे की जिंदगी होगी खराब ते जिहड़ी आले दुआले गवांढ च तू तू होई ओह वखरी और किन्ना रह गया यार रहना की है जी जद तू तू हो गई रह की गया जी सब खत्म हो गया बस मैं कसौली पुछया जनाब ओ अच्छा 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 कसौली तो देखो जी बिल्कुल नाल ही धरपुर आ गया धरपुर तो खब्बे लैके सामने कसौली वैसे मैं गल की कर रहा सी हाँ देखो मैं कहना भी अजकल दे माहौल च बंदे नूं ब्याह कराउणा ही नहीं चाहिए ता ही ठीक है कुड़ियां देखो सौ कंधा कोठे टप के जदों थक जांदियां ने फिर तुहाडे वर्गा साऊ जां मुंडा लभ के उहदे नाल ब्याह करा लैंदियां ने उस दा शुक्र करदे आ रब दा जी वी भले वेले साडा ब्याह हो गया होर की नहीं तो देखो जी ब्याह कराउण च मैं कहना रिस्की रिस्क है ऐ नहीं पता ब्याह थोड़े नाल करा ले ते रही किसी होर नाल जावे अजकल दीआं कुड़ियां तां नागणा हुंदीआं ने जी नागणा उल्टी गड़ी रोक तू गड़ी रोक ए भैन नूं गड़ी रोक की होया काका की होया उधर ले चल मेरा खराब काका चल 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 मरली तैयार हो जाओ पुत्रो चलो लाइन बना लो लाइन पुत्रो लाइन आ जाओ एक लाइन साढ़े लाइन नहीं बनानी होती मैं पछाड़ लिया जी तुहानू तुसी होयो ना जी नाभा जेल तो भगौड़े हो तुसी नाइस वेरी नाइस तोड़ी बहुत चढ़ाई है तुहानू आपनू भी नहीं पता होना अजकल तो बड़े छाए हो तुसी अखबारां ते टीवी विच इन मुन्ना कौन होए साढ़े अंकल जी ने जी चल अंकला तू भी लग जा लाइन च चल चल खड़ा हाँ सीधा हो गए लै भी बड़े हो जो दियो लै लो रब दा नाम मकाइए थोड़े आला काम ओ पाजी कतल करना जरूरी है ओ आपां बैठ के भी गल कर सकते हैं भाई जी जान बख्शन दी कीमत ले लो साढ़े कोल जेब च पैसे है नहीं लेकिन साढ़े कार्ड विच थोड़े बहुत पैसे जरूर होंगे जी तुहानू कटवा के दे देने आपां है ना भाई जी मेरी गल मन्नो आपां इन्हां दे पैसे ले लैने आ नाले आपां नूं तां फिर पैसे दी लोड़ पैणी है गल तां तू ठीक कह रहा टाइगर पुछे ना तू किन्ने पैसे करते ने हाँ भाई किन्ने पैसे दोगे तुसी मेरे अकाउंट च तां 35,000 रुपए होने जी मेरे अकाउंट च भी इन्ने ही होने जी जी मेरे अकाउंट च 40,000 रुपए होने जी अंकल जी ओ तुहाडे अकाउंट च किन्ने रुपए होने जी मेरे कोल पैसे मैं तो कदे खाता ही नहीं खिलाया जी बैंक च पर मैं लगता पौने के 200 रुपया सीगा जी वो भी कितने डिग गया जी और तुसी औखे सौखे होके 2,00,000 रुपया कर दे हो 2,00,000 हाँ जी हाँ जी आप कर दे भाई जी आप कर दे कुछ ऐ करो इतो थोड़ी दूरी धर्मपुर है जाओ बैंक चो ले आओ पैसे टाइगर हाँ भाई नाल जाए ना दे ठीक है भाई जे किसी ने भजन की कोशिश की पुत्र थोड़े अंकल नू मार दूं मैं मेरी गल सुनो जी मैं दिल तो बहुत कमजोर हाँ जी थोड़े गोली चलाने तो पहले ही फुड़क जाना जी मैं नाले मैनू गरीब बंदे नू मार के थोनू की मिलना जी जवान मुंडे चो एक अद्धा रख लो ना जी मारन का स्वाद भी आऊगा थोनू नाले पैसे लैन मैं जाना ना जी करो अंकल चल हाँ जी लै भी पुत्र मिनटो मिनट ही आ जाओ चलो 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 शाबाश लै भी पुत्र आ जा इधर तू मेरा मतलब है अंकल आ जा इधर
गड्डी रो गोल्डी इनू पैसे तो दे जी बैंक तो अजे आगे ਇੱਥੇ ਹੀ ਦਿਰਾਈ ਸਾਹਿਬ ਹੈਗਾ ਬੈਂਕ ਇੱਥੇ ਹੀ ਹੈ ਪੁੱਤਰ ਆ ਲੈ ਪੈਸੇ ਸਾਲੇ ਨੂੰ ਨਾ ਮਾਰ ਬਾਈ ਕੱਟ 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 ਬਾਈ ਜੀ ਛੱਡ ਦੋ ਮੈਨੂੰ ਨਾ ਮਾਰ ਬਾਈ ਇਹ ਟਿੰਨ ਦੇ ਦੋ ਉਹ ਲੈਣੇ ਪੈਸੇ ਬਾਈ ਜੀ ਜਦ ਮੇਰੇ ਜਗਤਾਰ ਭਾਜੀ ਨੂੰ ਪਤਾ ਲੱਗੇਗਾ ਨਾ ਤੇ ਤੇਰੇ ਅੰਕਲ ਦੇ ਸਿਰ ਦੀ ਪੋਪੜੀ ਵਿੱਚ ਗੋਲੀ ਭਰਵਾਉਂਗਾ ਮੈਂ ਵੀ ਜਾ ਕਹਿ ਦੇ ਆਪਣੇ ਜਗਤਾਰ ਬਾਈ ਨੂੰ ਜਿੰਨੂੰ ਮਾਰਨੀ ਗੋਲੀ ਮਾਰ ਲੈ ਸਾਨੂੰ ਕੋਈ ਪਰਵਾਹ ਨਹੀਂ ਚੱਲ हेलो हेलो गुरप्रीत जी नाल गल करवाओ जी मैं उन्हां दी वाइफ बोल रही हां गुरिंदर कौर गुरिंदर कौर फोन भी आ गया स्पीकर तो ही पा रही है ला जनू भी सिर लाने गुरिंदर कौर जी तुहानू अमृतसर तो लैके चंडीगढ़ तक कोई चज का बंदा नहीं मिलिया ब्याह कराने नू एहो जे नलायक बंदे नाल ब्याह कराने तो चंगा तुसी खूब छाल मार देंदे एक नंबर का नलायक बंदा जी तुहाड़ा गुरप्रीत एक नंबर का नलायक देखो तुसी ज्यादा ना बोलो मेरी गुरप्रीत नाल गल करवाओ एक मिनट फोन इधर फड़ा तुहाड़े गुरप्रीत जी नू असी पहाड़ तो थले सिट्टा है कह कह करके दिमाग खा ला साडा उने ठीक है वखा मैनू मैं दसना नहीं हाय हाय एदा दी गल्लां ना करो मैनू घबराहट हो जाती है मेरी गुरप्रीत नाल गल करवाओ जी ओ गुरप्रीत जी नाल गल करा गुरप्रीत जी नाल गल करा ओ गुरप्रीत जी दे नाल गल कर करके हजे तुसी रजे नहीं हैं ओ पिछले 2 घंटे तो साडे कन्न खा छड्या तुसी ओ महा बेवकूफ जी गल्ला करदे हो तुसी तां ओ तुसी दोहे मेरी एक सलाह मन्नो ओ सुनो तां सही ओ तुसी दोहे मियां बीवी किसी पागलखाने जाके भर्ती हो जाओ हां जी पागलखाने च ओ क्यों बाहर रह के लोकां दा लहू पीने हो हैं ओ जी तुसी मेरी गुरप्रीत रखो फोन रख ओए फड़ लक्की दोनों इस साले पागल है यार लक्की की करता है यार ओल्ड गड्डी रोक ला अच्छा रोकना रोक गलती नाल बियर तू भी ना यार अल रोक गड्डी बस उतरो नु थल्ले यार समर ओए कम ऑन यार ओए दिल्ली छड़ी जाऊंगा ओए लाइफ छने बहुत कुछ पे समझे यार तू है तो देख तेनु ब्याह तो पहला ही सब कुछ पता चल गया यार ਗੋਲਡੀ ਸਮਰ ਲੱਕੀ ਉਹ ਕੰਜਰੋ ਤੁਸੀਂ ਉਹ ਤੁਸੀਂ ਸਾਲੇ ਗਵਾਚ ਹੀ ਗਏ ਕਿੱਧਰ ਨੂੰ ਉਹ ਲੱਕੀ ਉਹ ਤੂੰ ਸਾਲੇ ਜਮੈ ਨਹੀਂ ਬਦਲਿਆ ਉਹ ਜਾਈ ਹੈ ਕਿੱਧਰ ਚੱਲੇ ਹੋ ਸ਼ਿਮਲੇ ਚੱਲੇ ਹੋ ਨਹੀਂ ਯਾਰ ਕਸੌਲੀ ਉਹ ਮੈਂ ਸ਼ਿਮਲੇ ਚੱਲਿਆ ਸੀ ਹੋਰ ਸੁਣਾਓ ਵਿਆਹ ਸ਼ਾਹ ਕਰਾ ਲਿਆ ਨਹੀਂ ਉਹ ਯਾਰ ਇਹਦਾ ਵਿਆਹ ਸੰਡੇ ਨੂੰ ਉਹ ਮੈਂ ਵੀ ਆਵਾਂਗਾ ਸੰਡੇ ਨੂੰ ਤੇਰੇ ਵਿਆਹ ਤੇ ਯਾਰ ਤੇਰੀ ਭਰਜਾਈ ਨੂੰ ਲੈ ਕੇ ਆਵਾਂਗਾ ਕਿੱਥੇ ਹੈ ਵਿਆਹ ਗੁਰਪਾਲ ਪੈਲੇਸ ਮੇਰਾ ਹਜੇ 15 ਦਿਨ ਪਹਿਲੇ ਹੀ ਹੋਇਆ ਵਿਆਹ ਯਾਰ ਰੱਬ ਨੇ ਤਾਂ ਕਿਸਮਤ ਹੀ ਖੋਲਤੀ ਪੈ ਗਿਆ ਗਦਾ ਬੂਟੇ ਹੋ ਨਿਰੀ ਗਊ ਹੈ ਤੁਹਾਡੀ ਭਰਜਾਈ ਨਿਰੀ ਗਊ ਹੋ ਐਸੇ ਇੱਕ ਗੱਲ ਹੈ ਚੰਗੀ ਵਾਈਫ ਹੀ ਨਾ ਕਿਸਮਤ ਨਾਲ ਹੀ ਮਿਲਦੀ ਹੈ ਚੰਗਾ ਬਾਈ ਸੰਡੇ ਨੂੰ ਮਿਲਦੇ ਆ ਫਿਰ ਓਕੇ ਓਕੇ ਬਾਏ ਬਾਏ ਚੰਗਾ ਬਾਈ ਓਕੇ ਬਾਏ ਬਾਏ ਮਿਲਦੇ ਆ ਚੰਗਾ ਬਾਈ ਮਿਲਦੇ ਆ ਸੰਡੇ ਨੂੰ ਦੇਗੇ ਧੋਖਾ ਮੇਰੇ ਨਾਲ ਤਾਂ ਹੈ ਹੀ ਨਹੀਂ ਸੀਗੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਕਿਹੜਾ ਮੰਨਦੇ ਹੋ ਕਿਸੇ ਤੁਸੀਂ ਮੰਨਦੇ ਨਹੀਂ ਕਿਸੇ ਦੀ ਤੁਹਾਨੂੰ 100 ਲਗੇ ਵੱਡੇ ਮਹਾਰਾਜ ਜੀ ਮੇਰੀ ਜਾਨ ਬਖਸ਼ ਲਈ ਤੇ ਕੁੱਤੇ ਕਿਉਂ ਤੇਰੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਤੇਰਾ ਫੁੱਫੜੀ ਕਰੂਗਾ
ਪੱਪੜ ਸੰਗਾਉਣ ਵਾਲੇ ਪੱਪੜ ਜੀ ਤੁਸੀਂ ਕਿਵੇਂ ਜਾਣਦੇ ਹੋ ਜੀ ਆਹਾ ਤੇਰਾ ਕਲਕੱਤੇ ਵਾਲਾ ਪੱਪੜ ਨਾ ਭਾਜੀ ਆਹ ਜ਼ੁਲਮ ਨਾ ਕਰੋ ਗਰੀਬ ਤੇ ਪੁੱਪੜ ਨੂੰ ਜੇਬ 'ਚ ਰੱਖੋ ਚਲੋ ਆਹ ਮੋਟੇ ਨੂੰ ਫੜਾ ਦਿਓ ਇਹ ਵੀ ਠੀਕ ਹੈ ਹਾਂ ਠੀਕ ਹੈ ਮੈਨੂੰ ਮਾਫ਼ ਕਰ ਦਿਓ ਜੀ ਮੇਰੀ ਗੱਲ ਤਾਂ ਸੁਣ ਲਓ ਜੀ ਮੈਨੂੰ ਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੁਣ ਐਂ ਕਰੋ ਅਰਸ਼ੀ ਸੌਲੇ ਜੀ ਕੁੱਟ ਕੁੱਟ ਕੇ ਬੱਦਰੀ ਬਣਾ ਦਿਓ ਬੱਦਰੀ ਤਾਂ ਪਹਿਲਾਂ ਹੀ ਬਣੀ ਪਈ ਹੈ ਜੀ ਰਹਿਣ ਦਿਓ ਇੱਕ ਮਿੰਟ ਯਾਰ ਫੋਨ ਆ ਗਿਆ ਕੌਣ ਆ ਗਿਆ ਹੈਲੋ ਹੈਲੋ ਭਾਜੀ ਮੈਂ ਪਰਤ ਬੇਕਰੀ ਤੋਂ ਬੋਲ ਰਿਹਾ ਸੀ ਜੀ ਸਮਰ ਜੀ ਨਾਲ ਗੱਲ ਕਰ ਸਕਦਾ ਆ ਲੈ ਬਈ ਬੇਕਰੀ ਹਾਂਜੀ ਦੱਸੋ ਹਾਂਜੀ ਉਹ ਵੈਡਿੰਗ ਕੇਕ ਦਾ ਆਰਡਰ ਦਿੱਤਾ ਸੀ ਮੈਂ ਜੀ ਉਹ ਕੇਕ ਦੇ ਉੱਤੇ ਨਾਂ ਲਿਖਣੇ ਸੀ ਤੇ ਸਪੈਲਿੰਗ ਕਨਫਰਮ ਕਰਨੇ ਸੀ ਜੀ ਅਮਨੀਤ ਦੇ ਸਪੈਲਿੰਗ ਜੀ ਏ ਵੀ ਐਨ ਈ ਈ ਟੀ ਤੇ ਸਮਰ ਦੇ ਸਪੈਲਿੰਗ ਜਰਾ ਦੱਸ ਦਿਓ ਜੀ ਸੁਣੋ ਆਏ ਆਏ ਡੀ ਡੀ ਆਏ ਆਏ ਓ ਓ ਟੀ ਟੀ ਸਰ ਸ਼ੋਰ ਹੋ ਜੀ ਇਹੋ ਲਿਖਣਾ ਹੈ ਜੀ ਹਾਂਜੀ ਬਿਲਕੁਲ ਸ਼ੋਰ ਇਹ ਹੀ ਲਿਖਿਓ ਓਕੇ ਜੀ Good day. Phone de. ਆਜਾ ਵਨੀਤ ਗੇਟ ਤੇ ਆਜਾ ਬਾਹਰ ਬਸ ਬਸ ਮੈਂ ਹੁਣੇ ਆਈ ਤੁਸੀਂ ਉੱਥੇ ਵੇਟ ਕਰੋ ਆਮ ਸੋ ਹੈਪੀ ਕਿ ਤੁਸੀਂ ਲੋਕ ਆ ਗਏ ਯੂ ਨੋ ਅਸੀਂ ਕਿੰਨੀ ਦੇਰ ਦਾ ਤੁਹਾਡਾ ਵੇਟ ਕਰ ਰਹੇ ਜਸਟ ਜਸਟ ਕਮਿੰਗ ਵੇਟ ਤੁਸੀਂ ਉੱਥੇ ਰਹੋ ਬਸ ਹੁਣੇ ਪਹੁੰਚ ਰਹੀ ਹਾਂ ਕਿਹੜੀਆਂ ਮਾਰਨ ਤੁਸੀਂ ਕਿਸੇ ਤੋਂ ਘੱਟ ਨਹੀਂ ਸੜੀ ਜਿਹੀ ਸਕੂਟਰੀ ਤੁਹਾਡੀ ਉਹਦੇ ਤੇ ਤਿੰਨ ਤਿੰਨ ਫਸ ਕੇ ਬਹਿ ਕੇ ਆਪਣੇ ਆਪ ਨੂੰ ਬੜਾ ਹੈਪਨਿੰਗ ਸਮਝਦੀਆਂ ਹੋ ਭੈੜੀਆਂ ਕਿੰਨੀਆਂ ਲੱਗਦੀਆਂ ਉਹ ਪਤਾ ਹੈ ਮੁੱਕਦੀ ਗੱਲ ਹਰ ਪੁੱਠਾ ਕੰਮ ਤੁਸੀਂ ਕਰਦੀਆਂ ਹੋ ਤੇ ਲੋਕੀ ਸਾਨੂੰ ਬਲੇਮ ਕਰਦੇ ਨੇ ਕਿੱਥੇ ਹੈ ਤੇਰੀ ਸਹੇਲੀ ਅਵਨੀਤ ਅਵਨੀਤ ਬੁਲਾਓ ਵਾਟ ਆਰ ਯੂ ਟਾਕਿੰਗ ਅਬਾਊਟ ਹੂ ਦਾ ਹੈਲ ਆਰ ਯੂ ਸਮਰ ਇਹ ਬਦਤਮੀਜ਼ ਤੇ ਵਾਹੀਅਤ ਲੋਕ ਕੌਣ ਨੇ ਬਦਤਮੀਜ਼ ਇੱਕ ਮਿੰਟ ਬੀਬਾ ਗੱਲ ਸੁਣ ਜੋ ਵੀ ਤੇਰਾ ਨਾਂ ਆ ਅਸੀਂ ਤੇਰੇ ਮੂੰਹ ਨਹੀਂ ਲੱਗਣਾ ਚਾਹੁੰਦੇ ਹਾਂ ਅੰਦਰ ਜਾ ਤੇ ਅਵਨੀਤ ਨੂੰ ਸੱਦ ਕੇ ਲਿਆ ਉਹ ਯਾਰ ਇਹ ਤਾਂ ਅਵਨੀਤ ਹੈ ਹੋਰ ਕੌਣ ਅਵਨੀਤ ਹੈ ਹਾਂ ਅਵਨੀਤ ਓਏ ਇੱਥੇ ਆ ਮੈਂ ਗੱਲ ਪੁੱਛੂ ਤੈਨੂੰ ਉਹ ਹੱਥ ਫੜਦਾ ਓਏ ਤੂੰ ਇਹ ਗੱਲ ਦੱਸ ਮੈਨੂੰ ਉਹ ਯਾਰ ਤੂੰ ਸਾਨੂੰ ਦੂਜੀ ਕੁੜੀ ਦੀਆਂ ਫੋਟੋ ਕਿਉਂ ਵਿਖਾਈਆਂ ਉਹ ਕਿਹੜੀ ਦੂਜੀ ਕੁੜੀ ਯਾਰ ਪੂਜਾ ਉਹ ਕਨਫਿਊਜ਼ ਤੂੰ ਆਪ ਕਰਦਾ ਯਾਰ ਕੌਣ ਪੂਜਾ ਮੈਂ ਤਾਂ ਕਿਸੇ ਪੂਜਾ ਨੂੰ ਜਾਣਦਾ ਵੀ ਨਹੀਂ ਆ ਉਹੀ ਜਿਹੜੀ ਤੇਰੇ ਫੋਨ 'ਚ ਐਵੇਂ-ਐਵੇਂ ਪੋਜ਼ ਦੇ ਰਹੀ ਸੀ ਕਾਲੀ ਸਕਰਟ ਪਾ ਕੇ ਉਹੀ ਪੂਜਾ ਕਾਲੀ ਸਕਰਟ
यार तुसी काली स्कर्ट वाली फोटो कितना देख ली? वो तो चाचा जी सेक्रेटरी है, उदे बारे तो तनु गल कर रहे सी, ओ साली है ही कश। यार मैनू लगता है कि कोई मिसअंडरस्टैंडिंग हो गई है। काली स्कर्ट वाली नू मारो गोली। हां, ओ जेड़ी सामने खड़ी है ओ तुहाडी परजाई है, ओदा नाम है अवनीत। साले ओ मेरी तो दुनिया लुट जानी सी। ओए होए, इंज थोड़ी लुट जानी तेरी दुनिया यार। मेरी गल सुनो, हुण तुहाडी परजाई ने साडे लई पार्टी रखी। पार्टी ते हुण आपां पैग लाउणे ने ते भंगड़े पाउणे ने। ओ भुलता नहीं गए, दो दिन बाद व्याह है वीर दा। ओए की गल कर रहे यार तू, परजाई नाल इंट्रोडक्शन दे यार। टेल मी एनी कंफ्यूजन? इट्स ऑल सॉर्टेड आउट भाभी जी। समर ए लकी गोल्डी बचपन दे दोस्त। दोस्त बचपन दे। हाय हाय समर, चली अंदर या बस दो मिनट, मैं एक नवदीप नु फोन कर ला। ओके गोल्डी फोन दे। हां समर दीदी गल दसनी सी। हां हां बोल दीदी, सब कुछ ठीक हो गया, देयर इज नो कंफ्यूजन। पक्का? या दीदी सब ठीक है। दैट्स ग्रेट। तू एक काम कर, हुन छेती मुड़े हो तुसी तीनों। बस दीदी निकल रहे हैं, थोड़ी देर पहुंच जाके। चल ठीक है, बाय दीदी। बाय। गोल्डी, हाय। हाय हाय। लकी, हाय। हेलो। एंड दिस इज माय स्वीटहार्ट समर। हाय। पहला तुसी मेनू है दसो, तुहाडे चो प्रियंका की दा ना हैगा? इट्स मी। हुन ते तुहानू पता चल गया होना कि पंजाबी बॉयज कदी अपनी जुबान तो नहीं मुकरदे। और इंप्रेशन पाने लिए आपा ये काम कीता है गोल्डी। हाय समर। आज तुसी ड्रिंक नहीं करूंगे। क्यों? क्योंकि मैं कह रही हूं, इसलिए प्लीज समर फाइनल, आज तुसी ड्रिंक नहीं करोगे। हाय ओए, कोई इन्हें हक नाल कवे ते मैं पानी भी ना पीवा। आई मिस्ड यू भाभी जी। असी दा पी सकदे ना भाभी जी? हां जी तुसी पी सकदे हो। वैसे अनिक गल प्रियंका मैनू कह देते फिर ते मैं भी ना पीवा। आई थिंक तुसी मेरी फ्रेंड नु कुछ ज्यादा ही पसंद कर दे हो। हां ओ छड्डो जी, पसंद ता मेनू आई सी, ऐदा एवे फॉर्मेलिटी जा मार रिया। चलो समर, ए दो में शुरू तो इद्दा दे ही है। बैड हैबिट्स डाई हार्ड। ओए तो मजाक कर रहे जी, कोई गल नहीं जी, वी आर फ्रेंड्स। लेट्स रॉक ऑन द फ्लोर। यस लेट्स डांस। लेट्स गो। यप जी जा जी। यार मैं नहीं आ रहा। व्हाट हैपन यार, मेरे तो सूफी नच नहीं हुंदा। या ता मेनू मारन दो पड़ियाला पेग, फिर भावे सारी रात नचा। यार नो वेज, नो ड्रिंकिंग, दैट्स इट फाइनल। अवनीत यार, हे अवनीत सेट सेट प्लीज। अब तो प्रियंका ने भी कह दिया। ओके गो अहेड। ओए हाय मेरी मोहब्बत ये। लेट्स डांस भाई, नीटी ऑन दे आज। चक्को फिर चक्को। शेक अ मेन माय आई कम अप ला Yo yo, we're my party animals. Ho ho, can't wait no more. My urge is turning cannibal. That's right. Yo yo, attack me. Yo yo. ਸੁੱਟ ਨਫ਼ਰਤ ਦਾ ਹਥਿਆਰ ਸੋਡੇ ਪਾਣੀ ਨੂੰ ਛੱਡ ਕੇ।
सर मिठे ते तुम बिलीव जाने किया और आप लोगों का सॉन्ग तो माइंड ब्लोइंग था। नीट पंजाबी। मुझे ऐसा लग रहा है कि मुझे पंजाबी गानों का कलेक्शन करना पड़ेगा। और कोई गाल नहीं, तुसी चंडीगढ़ से आई रहे हो, बस तुसी मेरे लिए मार्केट चलना, मैं तुहानू तो बड़े सोने सोने गाने ने पंजाबी उन्हां दी कलेक्शन दे दांगा। जी ओ जी तुसी एहो जी चक्राच कानू पेंदे हो। मैं कहा जी मैं नेक्स्ट वीक शिमला आ रहा, मैं कलेक्शन लेके आऊंगा, ते बस तुसी मैनू बहाने नाल शिमला भी घुमा दियो। हां जी श्योर श्योर। गोल्डी समर चल भाई। हां गोल्डी समर समर ओए कोड़ा ओए हट, तेरी तो मैं रुक जा, तेरी तो मैं ओ समर समर ओए गंडासी का गोली, गंडासी का गोली। समर जस्ट स्टॉप, समर की कर रहे हो? ए मामा जी हैं। ओए मामा जी सबनु मामा बुलांदा है। गोल्डी समर स्टॉप, ए मेरे मामा जी हैं। डैम Shit, I can't believe this. Mama ji. Eh sade naal aaye ne, meet sade naal. Mama ji. Very nice. Very nice. Mama ji. ਸੇਰਾ ਬੰਨਾ ਮੁੰਡੇ ਨੂੰ ਹੁਣ ਕਿਸ ਗੱਲ ਦੀ ਦੇਰ ਹੈ। भाई जड़े मर्जी ला दो। ओ यार जब तेनू एक बारी कहत है जड़े मर्जी ला दे फिर तू बार बार क्यों फोन करी जाना यार। तू फोन काट यार, पावे तू गोभी दे फूल ला दे, समझ गया? कमाल है, गोभी दे फूल लाते कमाल है। मुंडे पट्टे लावा
ਭਰਜਾਈ ਨੂੰ ਮੁੰਡੇ ਪਟਿਆਲੇ ਦੇ ਮੇਰੀ ਜਿੰਦ ਜਾਨ ਮੇਰੀ ਗਊ ਪੂਜਾ ਕਰ ਹੁਸਨਾ ਦਾ ਜ਼ੋਰ ਕਰ ਦੇ ਸਤਿ ਸ਼੍ਰੀ ਅਕਾਲ ਜੀ ਕੁੜੀਆਂ ਦੇ ਸੀਨੇ ਦਿੰਦੇ